ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਏਸ਼ੀਆ ਟੀਵੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਚਾਹ ਦਾ ਵਿਚਾਰ ਲੈ ਕੇ ਅਸੀਂ ਹਾਜ਼ਰ ਹੋ ਗਏ ਹਾਂ ਮੈਂ ਹਾਂ ਹਰਮਨ ਥਿੰਦ ਮੇਰੇ ਨਾਲ ਨੇ ਸਵਰਨ ਸਿੰਘ ਟੈਣਾ ਜੀ ਸਤਿ ਸ਼੍ਰੀ ਅਕਾਲ ਟੈਣਾ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਜੀ ਚੜ੍ਹਦੀ ਕਲਾ ਅਸੀਂ ਇਸ ਵਕਤ ਖੇਤਾਂ ਦੇ ਵਿੱਚ ਬੈਠੇ ਆ ਜੀ ਮੌਕੇ ਦੇ ਮੁਤਾਬਕ ਜਿਸ ਤਰੀਕੇ ਦੇ ਨਾਲ ਵੀ ਆ ਸਾਡੇ ਕੋਲੇ ਚੀਜ਼ਾਂ ਮਿਲੀਆਂ ਤੇ ਇੱਥੇ ਇੱਕ ਅਸੀਂ ਬੰਬੀ ਤੇ ਬੈਠੇ ਮੋਟਰ ਤੇ ਬੈਠੇ ਉੱਥੋਂ ਅਸੀਂ ਮੰਜੀ ਵੀ ਲੈ ਲਈ ਤੇ ਇੱਕ ਜਿਹੜੇ ਸਾਡੇ ਮਹਿਮਾਨ ਸਾਥੀ ਨੇ ਉਹ ਵੱਟ ਦੇ ਉੱਤੇ ਬੈਠ ਗਏ ਆ ਤੇ ਅਸੀਂ ਅੱਜ ਗੱਲਬਾਤ ਇਸੇ ਰੂਪ ਦੇ ਵਿੱਚ ਕਰਾਂਗੇ ਕਿਉਂਕਿ ਹਰ ਵਾਰ ਨਾ ਹਰਮਨ ਜੀ ਜਿਵੇਂ ਸੋਚਦੇ ਆ ਉਵੇਂ ਇੱਕ ਸੈੱਟ ਬਣਿਆ ਹੋਵੇ ਤੇ ਬਹੁਤ ਖੂਬਸੂਰਤ ਕੁਰਸੀਆਂ ਹੋਣ ਇਹ ਜ਼ਰੂਰੀ ਨਹੀਂ ਖੇਤਾਂ ਦਾ ਮਾਹੌਲ ਐਵੇਂ ਹੁੰਦਾ ਤੇ ਬਹਿ ਕੇ ਇੱਥੇ ਚੰਗਾ ਬੜਾ ਲੱਗਦਾ ਬਿਲਕੁਲ ਸਹੀ ਗੱਲ ਹੈ ਤੇ ਇਦਾਂ ਬੈਠ ਕੇ ਇੱਕ ਤਾਂ ਘਰ ਵਰਗਾ ਮਾਹੌਲ ਲੱਗਦਾ ਇੱਕ ਗੱਲਾਂ ਜਿਹੜੀਆਂ ਉਹ ਖੁੱਲੀਆਂ ਹੋ ਜਾਂਦੀਆਂ ਨੇ ਤੇ ਨਾਲੇ ਤਾਜ਼ੀ ਤਾਜ਼ੀ ਹਵਾ ਜਿਹੜੀ ਅੱਜ ਕੱਲ੍ਹ ਲੱਭਦੀ ਨਹੀਂ ਟਹਿਣਾ ਸਾਹਿਬ ਵੈਸੇ ਹੀ ਸ਼ਹਿਰਾਂ ਦੇ ਵਿੱਚ ਪ੍ਰਦੂਸ਼ਣ ਦਾ ਪੱਧਰ ਇੰਨਾ ਜ਼ਿਆਦਾ ਵੱਧ ਗਿਆ ਉਹ ਤਾਜ਼ੀ ਹਵਾ ਦਾ ਵੀ ਫਾਇਦਾ ਸੀ ਚੁੱਕ ਰਿਆਂ ਨਾਲੋਂ ਨਾਲ ਸੋ ਤੁਹਾਨੂੰ ਪਤਾ ਲੱਗ ਹੀ ਗਿਆ ਹੋਏਗਾ ਵੀ ਅੱਜ ਫਿਰ ਤੋਂ ਅਸੀਂ ਇੱਕ ਮਹਿਮਾਨ ਦੇ ਨਾਲ ਗੱਲਬਾਤ ਕਰਨ ਦੇ ਲਈ ਹਾਜ਼ਰ ਹੋਏ ਹਾਂ ਕੌਣ ਨੇ ਉਹ ਮਹਿਮਾਨ ਕੀ ਖਾਸੀਅਤ ਹੈ ਅੱਜ ਦੀ ਕਿਸ਼ਤ ਦੀ ਇਹ ਸਾਰਾ ਕੁਝ ਸਵਰਨ ਸਿੰਘ ਟਾਣਾ ਦੱਸਣਗੇ ਦੇਖੋ ਗੱਲ ਇਹ ਹੈ ਜੀ ਕਿ ਇਸ ਵਕਤ ਕਿਸਾਨ ਅੰਦੋਲਨ ਸਿਖਰ ਦੇ ਉੱਤੇ ਆ ਪਿਛਲੇ ਲਗਭਗ ਪੌਣੇ 2 ਮਹੀਨਿਆਂ ਤੋਂ ਕਿਸਾਨ ਆ ਜਿਹੜੇ ਉਹ ਨਿੱਠ ਕੇ ਖੇਤ ਮਜ਼ਦੂਰ ਨਿੱਠ ਕੇ ਮਿਹਨਤ ਕਰ ਰਹੇ ਆ ਵੀ ਕੇਂਦਰ ਦੀ ਸਰਕਾਰ ਦੇ ਵੱਲੋਂ ਜਿਹੜੇ ਖੇਤੀ ਕਾਨੂੰਨ ਪਾਸ ਕੀਤੇ ਗਏ ਆ ਜਿਹੜੇ ਇਹ ਕਾਲੇ ਕਾਨੂੰਨ ਆ ਜਿਹੜੇ ਕਿਸਾਨੀ ਦਾ ਗਲ ਘੁੱਟਣ ਵਾਲੇ ਆ ਇਹ ਰੱਦ ਕਰ ਦਿੱਤੇ ਜਾਣ ਜਾਂ ਇਹਨਾਂ ਦੇ ਵਿੱਚ ਤਰਮੀਮ ਕੀਤੀ ਜਾਵੇ ਸੋਧ ਕੀਤੀ ਜਾਵੇ ਜੀ ਇਹਦੇ ਵਿੱਚ ਕਲਾਕਾਰ ਭਾਈਚਾਰੇ ਦੇ ਵੱਲੋਂ ਵੀ ਸਹਿਯੋਗ ਦਿੱਤਾ ਗਿਆ ਪਿਛਲੇ ਦਿਨੀ ਅਸੀਂ ਜਸ ਬਾਜਵਾ ਦੇ ਨਾਲ ਵੀ ਮੁਲਾਕਾਤ ਕੀਤੀ ਸੀ ਇਸੇ ਵਿਸ਼ੇ ਦੇ ਉੱਤੇ ਉਹਨਾਂ ਨੇ ਕਈ ਤਰ੍ਹਾਂ ਦੇ ਨੁਕਤੇ ਚੁੱਕੇ ਸੀਗੇ ਜਿਹਦੇ ਵਿੱਚ ਦੀਪ ਸਿੱਧੂ ਦੀ ਵੀ ਗੱਲ ਸੀ ਜਿਹਦੇ ਵਿੱਚ ਸੰਨੀ ਦਿਓਲ ਦੀ ਵੀ ਗੱਲ ਸੀ ਕੁਝ ਕੁ ਹੋਰ ਮਸਲੇ ਵੀ ਆ ਅੱਜ ਸਾਡੇ ਨਾਲ ਦੀਪ ਸਿੱਧੂ ਹੋਰੀ ਨੇ ਜਿਨ੍ਹਾਂ ਨੇ ਪਿਛਲੇ ਕਈ ਹਫ਼ਤਿਆਂ ਤੋਂ ਲਗਾਤਾਰ ਸ਼ੰਭੂ ਬਾਰਡਰ ਦੇ ਉੱਤੇ ਮੋਰਚਾ ਲਾਇਆ ਹੋਇਆ ਆਪਣੇ ਸਹਿਯੋਗੀਆਂ ਦੇ ਨਾਲ ਕੀ ਇਸ ਤਰ੍ਹਾਂ ਦਾ ਮੋਰਚਾ ਲਾਉਣ ਦੇ ਨਾਲ ਕਿਸਾਨੀ ਦਾ ਕੋਈ ਮਸਲਾ ਹੱਲ ਹੋਊਗਾ ਕੀ ਸੰਨੀ ਦਿਓਲ ਜਿਹੜੇ ਕਿ ਇਹਨਾਂ ਦੇ ਬਹੁਤ ਨੇੜਲੇ ਪਰਿਵਾਰਕ ਮੈਂਬਰ ਆ ਤੇ ਉਹਨਾਂ ਦੇ ਵੱਲੋਂ ਬਿਲਕੁਲ ਨਹੀਂ ਇਸ ਮਸਲੇ ਤੇ ਬੋਲਿਆ ਗਿਆ ਇਹ ਵਾਜਬ ਆ ਕੀ ਦੀਪ ਸਿੱਧੂ ਇਸ ਵਕਤ ਸਿਰਫ਼ ਤੇ ਸਿਰਫ਼ ਰਾਜਨੀਤਿਕ ਉਡਾਣ ਭਰਨ ਦੀ ਖਾਤਰ ਇਹ ਸਾਰਾ ਕੁਝ ਕਰ ਰਹੇ ਆ ਇਹਨਾਂ ਸਵਾਲਾਂ ਦੇ ਉੱਤਰ ਆਪਾਂ ਲੈਣੇ ਆ ਜੀ ਸੋ ਸਭ ਤੋਂ ਪਹਿਲਾਂ ਸਵਾਗਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਠੀਕ ਠਾਕ ਹੋ ਬਹੁਤ ਵਧੀਆ ਜੀ ਬਾਈ ਜੀ ਗੱਲ ਕੋਈ ਅਸੀਂ ਗੋਲ ਮੋਲ ਨਹੀਂ ਕਰਦੇ ਹੁੰਦੇ ਹਾਂਜੀ ਹਾਂਜੀ ਬੜੀ ਸਾਫ਼ ਸਪਸ਼ਟ ਗੱਲ ਆ ਹਾਂਜੀ ਵੀ ਤੁਸੀਂ ਪਿਛਲੇ ਕਈ ਹਫ਼ਤਿਆਂ ਤੋਂ ਬੈਠੇ ਹੋ ਸ਼ੰਭੂ ਮੋਰਚਾ ਲਾ ਕੇ ਹਾਂਜੀ ਉਸ ਮੋਰਚੇ ਦੇ ਵਿੱਚ ਲੋਕ ਘੱਟ ਵੀ ਆਉਂਦੇ ਆ ਵੱਧ ਵੀ ਆਉਂਦੇ ਚਲੋ ਸਭ ਦੇ ਜਿਵੇਂ ਰੁਝੇਵੇਂ ਆ ਉਵੇਂ ਆਉਂਦੇ ਆ ਹਾਂਜੀ ਤੁਹਾਡੇ ਨਾਲ ਸ਼ੁਰੂਆਤੀ ਦੌਰ ਦੇ ਵਿੱਚ ਕਈ ਕਲਾਕਾਰ ਤੁਰੇ ਹਾਂਜੀ ਜਾਂ ਤੁਸੀਂ ਕਈਆਂ ਨਾਲ ਤੁਰੇ ਹਾਂਜੀ ਹੁਣ ਤੁਸੀਂ ਇਕੱਲੇ ਜੇ ਰਹਿ ਗਏ ਉੱਥੇ ਕਲਾਕਾਰ ਭਾਈਚਾਰੇ ਦੇ ਪੱਖ ਤੋਂ ਹਾਂਜੀ ਇਹੋ ਜੀ ਕਿਹੜੀ ਦੂਰੀ ਬਣੀ ਜਿਹਦੇ ਕਰਕੇ ਇਹ ਅੰਦੋਲਨ ਆ ਜਿਹੜਾ ਤਿੜਕਣਾ ਸ਼ੁਰੂ ਹੋ ਗਿਆ ਜਿਹੜਾ ਕਲਾਕਾਰਾਂ ਦੇ ਸਹਿਯੋਗ ਦੇ ਨਾਲ ਅੱਗੇ ਵੱਧ ਰਿਹਾ ਸੀ ਨਹੀਂ ਜੀ ਇੱਕ ਤਾਂ ਗੱਲ ਆਪਾਂ ਇਹ ਸਮਝ ਲਈਏ ਵੀ ਇਹ ਥਿੜਕਿਆ ਨਹੀਂ ਅੰਦੋਲਨ ਤਾਂ ਬਹੁਤ ਵਧੀਆ ਚੱਲ ਰਿਹਾ ਔਰ ਇਹ ਕਿਸਾਨਾਂ ਦਾ ਲੋਕਾਂ ਦਾ ਅੰਦੋਲਨ ਆ ਕਲਾਕਾਰਾਂ ਦਾ ਅੰਦੋਲਨ ਨਹੀਂ ਆ ਮੈਂ ਵੀ ਜੇ ਉੱਥੇ ਬੈਠਾ ਮੈਂ ਇੱਕ ਕਲਾਕਾਰ ਦੇ ਤੌਰ 'ਤੇ ਨਹੀਂ ਬੈਠਾ ਹਾਲਾਂਕਿ ਤੁਸੀਂ ਚਲੋ ਮੇਰੀ ਪਛਾਣ ਨੂੰ ਮੂਹਰੇ ਲੈ ਆਉਣੇ ਹੋ ਪਰ ਅਸੀਂ ਪਹਿਲਾਂ ਤਾਂ ਪੰਜਾਬੀ ਅਤੇ ਆਪਦੀ ਪੰਜਾਬੀਅਤ ਵਾਸਤੇ ਉੱਥੇ ਬੈਠੇ ਹਾਂ ਸਾਡੇ ਸੱਭਿਆਚਾਰ ਨੂੰ ਬਚਾਉਣ ਵਾਸਤੇ ਬੈਠੇ ਹਾਂ ਹੈ ਨਾ ਹੁਣ ਕਿਉਂ ਇਕੱਠੇ ਤੁਰੇ ਅਤੇ ਕਿਉਂ ਨਿਖੜ ਗਏ ਗੱਲ ਇੱਥੇ ਹੋਣੀ ਚਾਹੀਦੀ ਹੈ ਬਸ ਜਦੋਂ ਇਕੱਠੇ ਤੁਰੇ ਸੀ ਉਦੋਂ ਇਸ ਗੱਲ ਨੂੰ ਸਮਝ ਕੇ ਤੁਰੇ ਸੀ ਵੀ ਇਹ ਪੰਜਾਬ ਦੀ ਹੋਂਦ ਦੀ ਲੜਾਈ ਆ ਜਦੋਂ ਆਪਾਂ ਪੰਜਾਬ ਦੀ ਹੋਂਦ ਦੀ ਗੱਲ ਕਰਦੇ ਹਾਂ ਤਾਂ ਸਾਡੇ ਸੱਭਿਆਚਾਰਕ ਸਾਡੇ 'ਤੇ ਹਮਲਾ ਹੋਇਆ ਸਾਡੇ ਸੱਭਿਆਚਾਰ ਦੇ ਵਿੱਚ ਸਾਡੀ ਮਾਂ ਬੋਲੀ ਸਾਡੀ ਖੇਤੀ ਸਾਡੀ ਸਿਆਸਤ ਸਾਡਾ ਇਤਿਹਾਸ ਸਾਡੇ ਪਾਣੀ ਦੇਖੋ ਇਹ ਇੱਕ ਧਰਤੀ ਕਿਵੇਂ ਬਣਦੀ ਆ ਇੱਕ ਸਮਾਜ ਨੂੰ ਕਿਵੇਂ ਸਮਝਿਆ ਜਾ ਸਕਦਾ ਸਮਾਜ ਕਿਹੜੀਆਂ ਕਦਰਾਂ ਕੀਮਤਾਂ 'ਤੇ ਖੜਿਆ ਕਿਹੜੇ ਸਿਧਾਂਤ 'ਤੇ ਖੜਾ ਇਸੇ ਤਰ੍ਹਾਂ ਸਮਾਜ ਨੂੰ ਸਮਝਿਆ ਜਾ ਸਕਦਾ ਨਾ ਜਦੋਂ ਆਪਾਂ ਇੱਕ ਇੱਕ ਕਮਿਊਨਿਟੀ ਨੂੰ ਸਮਝਦੇ ਹਾਂ ਜਾਂ ਆਪਾਂ ਪੰਜਾਬੀ ਸਾਡੇ ਸਮਾਜ ਨੂੰ ਸਾਡੀ ਕੌਮੀਅਤ ਨੂੰ ਸਮਝਦੇ ਹਾਂ ਤਾਂ ਸਾਡੇ ਸਿਧਾਂਤ ਕੀ ਆ ਕਦਰਾਂ ਕੀਮਤਾਂ ਕੀ ਆ ਹੁਣ ਜਦੋਂ ਅਸੀਂ 25 ਤਰੀਕ ਨੂੰ ਤੁਰੇ ਤਾਂ ਇਹ ਗੱਲ ਸਾਰਿਆਂ ਨੇ ਪ੍ਰਵਾਨ ਕਰ ਲਈ ਵੀ ਸੱਭਿਆਚਾਰਕ ਹੋਂਦ 'ਤੇ ਸਾਡੇ 'ਤੇ ਹਮਲਾ ਤੁਸੀਂ 25 ਤਰੀਕ ਦੀਆਂ ਜਿਹੜੀਆਂ ਸਪੀਚਸ ਆ ਉਹ ਸੁਣਿਓ ਸਾਰਿਆਂ ਨੇ ਇਹੀ ਗੱਲ ਕਹੀ ਵੀ ਇਹ ਇਕੱਲੀ MSP ਦੀ ਲੜਾਈ ਨਹੀਂ ਆ ਇਹ ਪੰਜਾਬ ਦੀ ਹੋਂਦ ਦੀ ਲੜਾਈ ਆ ਸੋ ਮੈਂ ਤਾਂ ਉੱਥੇ ਹੀ ਖੜਾ ਸੀ ਕਿਉਂਕਿ ਮੈਂ ਅੱਜ ਵੀ ਕਹਿੰਦਾ ਪੰਜਾਬ ਆਪਦੀ ਹੋਂਦ ਦੀ ਲੜਾਈ ਲੜ ਰਿਹਾ ਤੇ ਲੜਾਈ ਸਾਡੇ ਘਰਾਂ 'ਚ ਵੜ ਗਈ ਆ ਹੁਣ ਗੱਲ ਇੱਥੇ ਆ ਗਈ ਆ ਵੀ ਤੁਸੀਂ ਸੱਚ ਵਾਲੇ ਪਾਸੇ ਖੜੇ ਹੋ ਕਿ ਝੂਠ ਵਾਲੇ ਪਾਸੇ ਖੜੇ ਹੋ ਵਿੱਚ ਵਿਚਾਲਾ ਕੁਛ ਨਹੀਂ ਰਿਹਾ ਜਦੋਂ ਸਾਡੀ ਕਿਸਾਨ ਜਥੇਬੰਦੀਆਂ ਦੇ ਨਾਲ ਮੀਟਿੰਗ ਹੋਈ 25 ਤਰੀਕ ਤੋਂ ਬਾਅਦ ਕਿਸਾਨ ਜਥੇਬੰਦੀਆਂ ਸੱਚ ਤਾਂ ਇਹ ਆ ਵੀ ਉਹਨਾਂ ਨੇ ਬਹਿਣਾ ਨਹੀਂ ਸੀ ਕਿਉਂਕਿ ਉਹਨਾਂ ਨੂੰ ਐਂ ਆ ਵੀ ਅਸੀਂ ਆਪਦਾ ਸੰਘਰਸ਼ ਲੜ ਰਹੇ ਹਾਂ ਉਹ ਬੈਠੇ ਤਾਂ ਉਹਨਾਂ ਨੂੰ ਪਤਾ ਸੀ ਵੀ ਇਹ ਇਕੱਠ ਵਾਹਵਾ ਕਰਕੇ ਅਤੇ ਇਹਨਾਂ ਦੀ ਗੱਲ ਵੀ ਜਾ ਰਹੀ ਆ ਲੋਕਾਂ 'ਚ ਸਾਨੂੰ ਲੋਕਾਂ ਨੂੰ ਲਾਮਬੰਦ ਕਰਨਾ ਆਪਦੇ ਨਾਲ ਜੋੜਨਾ ਅਤੇ ਇਹਨਾਂ ਨਾਲ ਬਹਿ ਜਾਈਏ ਸੋ 25 ਤਰੀਕ ਨੂੰ ਜਦੋਂ ਮੀਟਿੰਗ ਹੋਈ ਬਾਕੀ ਸਾਰਿਆਂ ਨੇ
ਆਪਦੀ ਸਮਝ ਦੇ ਹਿਸਾਬ ਨਾਲ ਇਹ ਗੱਲ ਰੱਖੀ ਉੱਥੇ ਵੀ ਅਸੀਂ ਕਿਸਾਨ ਜਥੇਬੰਦੀਆਂ ਦੇ ਨਾਲ ਹਾਂ, ਕਿਸਾਨ ਜਥੇਬੰਦੀਆਂ ਜਿਵੇਂ ਕਹਿਣਗੀਆਂ ਉਵੇਂ ਕਰਾਂਗੇ। ਸੋ ਕਿਸਾਨ ਜਥੇਬੰਦੀਆਂ ਇਹ ਕਹਿ ਰਹੀਆਂ ਵੀ ਅਸੀਂ ਐਮ ਐਸ ਪੀ ਦੀ ਲੜਾਈ ਲੜ ਰਹੇ ਹਾਂ ਜਾਂ ਇਹ ਬਿੱਲ 'ਚ ਸੋਧ ਕਰਕੇ ਸਾਨੂੰ ਦੇ ਜਾਓ। ਫਿਰ ਮੈਂ ਇਹੀ ਗੱਲ ਉੱਥੇ ਦੁਬਾਰਾ ਆਪਦਾ ਕੁਐਸਚਨ ਪੁੱਟ ਅਪ ਕੀਤਾ ਵੀ ਆਪਦੀ ਹੋਂਦ ਦੀ ਲੜਾਈ ਲੜ ਰਹੇ ਸੀ ਅਸੀਂ ਤਾਂ, ਪੰਜਾਬ ਆਪਦੇ ਸੱਭਿਆਚਾਰ ਨੂੰ ਬਚਾਉਣ ਵਾਸਤੇ ਲੜਾਈ ਲੜ ਰਿਹਾ, ਔਰ ਇੱਥੇ ਐਮ ਐਸ ਪੀ ਦੀ ਲੜਾਈ ਤਾਂ ਆਰਥਿਕ ਗੱਲ ਆ ਕੱਲੀ, ਇਹ ਤਾਂ ਸੱਭਿਆਚਾਰਕ ਗੱਲ ਹੋਈ ਨਹੀਂ। ਇਸ ਸਾਰੇ ਮਸਲੇ ਦਾ ਚੇਤਾ ਵੀ ਤਾਂ ਉਦੋਂ ਆਇਆ ਜਦੋਂ ਕੇਂਦਰ ਦੇ ਵੱਲੋਂ ਕਾਨੂੰਨ ਬਣਾ ਦਿੱਤੇ ਗਏ, ਇਹ ਜਿਹੜਾ ਆਪਾਂ ਕਹਿੰਦੇ ਵੀ ਪੌਣ ਪਾਣੀ ਬਚਾਉਣਾ, ਹਾਂਜੀ ਆਪਾਂ ਕਹਿੰਦੇ ਜੀ ਖੇਤੀ ਦਾ ਮਾਡਲ ਨਵਾਂ ਹੋਵੇ, ਇਹ ਸਾਰੀਆਂ ਗੱਲਾਂ ਬਿਲਕੁਲ ਵਾਜਬ ਆ, ਇਹ ਗੈਰ ਵਾਜਬ ਨਹੀਂ। ਹਾਂਜੀ, ਪਰ ਜਿਹੜੀ ਸਾਡੇ ਉੱਤੇ ਅਚਾਨਕ ਵਿਪਤਾ ਪਈ ਆ, ਆਪਾਂ ਲੜਾਈ ਤਾਂ ਉਸ ਮਸਲੇ ਦੇ ਉੱਤੇ ਵਿੱਢੀ ਆ। ਨਹੀਂ ਜੀ, ਇੱਕ ਗੱਲ ਤੁਹਾਨੂੰ ਮੈਂ ਦੱਸਾਂ, ਜਦੋਂ ਕੋਈ ਉਭਾਰ ਆਉਂਦਾ ਹੁੰਦਾ ਨਾ, ਇਹਦਾ ਮਤਲਬ ਇੱਕ ਫਲੇਅਰ ਅਪ ਹੋ ਗਈ ਚੀਜ਼, ਫਲੇਅਰ ਅਪ ਹੋ ਗਈ, ਜਿਹੜਾ ਗੁੱਸਾ ਮਨਾਂ 'ਚ ਸਾਡੇ ਪਿਆ ਸੀ ਉਹਦਾ ਪ੍ਰਗਟਾਵਾ ਹੋਇਆ। ਹੁਣ ਮਨਾਂ 'ਚ ਗੁੱਸਾ ਤਾਂ ਸਾਡੇ ਖੁਦਕੁਸ਼ੀਆਂ ਦਾ ਵੀ ਸੀ, ਸਾਡੇ ਤੇ ਕਰਜ਼ਿਆਂ ਦਾ ਵੀ ਸੀ, ਸਾਡੀ ਲੁੱਟ ਘਸੁੱਟ ਦਾ ਵੀ ਸੀ, ਮਨਾਂ 'ਚ ਗੁੱਸਾ ਸਾਡੇ ਪਾਣੀ ਕਿਵੇਂ ਲੁੱਟੇ ਗਏ ਆ ਉਹਦਾ ਵੀ ਸੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ ਉਹਦਾ ਵੀ ਗੁੱਸਾ ਸੀ, ਹਨਾ। ਸੋ ਇਸ ਤਰ੍ਹਾਂ ਉਹ ਗੁੱਸੇ ਨੇ ਇੱਕ ਟਾਈਮ ਆ ਕੇ ਫਲੇਅਰ ਅਪ ਆਉਣਾ ਹੁੰਦਾ, ਲਹਿਰ ਬਣੀ। ਹਾਂਜੀ, ਉਹ ਲਹਿਰ ਫਲੇਅਰ ਅਪ ਵੀ ਹੁੰਦੀ ਹੈ ਨਾ, ਉਭਾਰ ਆਉਂਦਾ, ਉਭਾਰ ਇੱਕ ਕਾਨੂੰਨ ਆਏ ਜਦੋਂ ਸਾਡੇ ਗਲਮਿਆਂ ਨੂੰ ਹੱਥ ਪਾ ਲਿਆ, ਸਾਨੂੰ ਲੱਗਿਆ ਵੀ ਹੁਣ ਇਦੂ ਬਾਅਦ ਤਾਂ ਇਹ ਤਾਂ ਆਖਰੀ ਲੜਾਈ ਲੜੀ ਆ। ਪਹਿਲਾਂ ਤਾਂ ਦੀਪ ਬਾਈ ਜੀ ਇਹੀ ਆ ਨਾ ਕਿ ਆਪਾਂ ਗਲਮਾਂ ਛੜਾਈਏ, ਬਾਈ ਜੀ ਇੱਕ ਜਿਹੜਾ ਮਸਲਾ ਉਹ ਗਲਮਾਂ ਛੜਾਉਣ ਦੀ ਗੱਲ ਆ। ਨਹੀਂ, ਗਲਮਾਂ ਤਾਂ ਤੁਹਾਡਾ ਪਹਿਲਾਂ ਵੀ ਫੜਿਆ ਹੋਇਆ, ਗਲਮਾਂ ਹੁਣ ਗੂਠਾ ਦੇਤਾ। ਤੁਸੀਂ ਐਂ ਕਹਿੰਦੇ ਹੋ ਵੀ ਗੂਠਾ ਪਾਸੇ ਕਰ ਲਾਂ ਯਾਰ, ਚਲੋ ਔਖਾ ਔਖਾ ਸਾਹ ਲਈ ਜਾਵਾਂ ਪਰ ਸਾਹ ਤਾਂ ਲਈ ਜਾਵਾਂ, ਇੱਕ ਵਾਰ ਜਾਨ ਤਾਂ ਬਚੇ ਨਾ। ਨਹੀਂ ਨਹੀਂ, ਪਰ ਗੱਲ ਐਂ ਆ ਬਾਈ ਜੀ, ਇੱਕ ਵਾਰ ਜਾਨ ਬਚਾ ਕੇ ਕਿੰਨੇ ਕੁ ਵਾਰੀ ਤੁਸੀਂ ਇਹ ਉਭਾਰ ਪੈਦਾ ਕਰ ਲਓ, ਇਹ ਤਾਂ ਵਾਰ ਵਾਰ ਏਡੀ ਵੱਡੀ ਲਹਿਰ ਪੈਦਾ ਹੋਣੀ। ਸੜਕਾਂ ਤੇ ਬੈਠੇ ਹਾਂ ਅਸੀਂ, ਅਸੀਂ ਧਰਨਿਆਂ 'ਚ ਬੈਠੇ ਹਾਂ, ਮੋਰਚਿਆਂ 'ਚ ਬੈਠੇ ਹਾਂ, ਬੀਬੀਆਂ ਬੈਠੀਆਂ, ਭੈਣਾਂ ਬੈਠੀਆਂ, ਕਿਸਾਨ ਬੈਠੇ ਆ, ਤੁਸੀਂ ਤੁਹਾਨੂੰ ਲੱਗਦਾ ਰੋਜ਼ ਘਰੋਂ ਨਿਕਲੇ ਆਉਣਗੇ ਉਹ। ਸੋ ਜਦੋਂ ਨਹੀਂ, ਇਹ ਗੱਲ ਸਾਨੂੰ ਪਤਾ ਵੀ ਰੋਜ਼ ਨਹੀਂ ਘਰੋਂ ਨਿਕਲਣੇ, ਸੋ ਇਹਦਾ ਮਤਲਬ ਤੁਸੀਂ ਕੋਈ ਪੱਕੇ, ਜੇ ਅਸੀਂ ਕੋਈ ਆਪਦੇ ਮਸਲਿਆਂ ਦੇ ਹੱਲ ਤੇ ਗਏ ਹਾਂ, ਅੱਜ ਕਿਸਾਨੀ ਤੇ ਜੇ ਸੰਕਟ ਆਇਆ ਕੋਈ ਪੱਕਾ ਹੱਲ ਤਾਂ ਲੱਭੀਏ। ਸੋ ਪੱਕਾ ਹੱਲ ਤਾਂ ਇਹੀ ਆ ਵੀ ਪੰਜਾਬ ਕੇਂਦਰ ਤੇ ਇੱਕ ਖੇਤੀਬਾੜੀ ਮਾਡਲ ਸਾਡਾ ਆਪਦਾ ਹੋਣਾ ਚਾਹੀਦਾ, ਜਿਹਦੇ 'ਚ ਸਾਡੇ ਖੇਤੀ ਨੂੰ ਅਸੀਂ ਕਿਵੇਂ ਸਮਝੀਏ, ਖੇਤੀ 'ਚ ਸਾਡੀ ਧਰਤੀ, ਫਸਲਾਂ, ਸਾਡੇ ਆਬੋ ਹਵਾ, ਰੁੱਖ, ਪੰਛੀ, ਪਸ਼ੂ ਧਨ, ਠੀਕ ਆ, ਇਹ ਸਾਰਾ ਕੁਛ ਖੇਤੀ 'ਚ ਆਉਂਦਾ। ਇਸ ਗੱਲ ਨੂੰ ਸਮਝ ਕੇ ਇੱਕ ਨਵਾਂ, ਕਿਉਂਕਿ ਮਾਡਲ ਫੇਲ ਹੋਇਆ, ਪੁਰਾਣੇ ਮਾਡਲ ਨੇ ਸਾਨੂੰ ਖੁਦਕੁਸ਼ੀਆਂ ਕਰਜ਼ੇ ਦਿੱਤੇ ਆ, ਹੁਣ ਉਸ ਮਾਡਲ 'ਚ ਇਹਨਾਂ ਨੇ ਸੋਧਾਂ ਕਰਕੇ ਸਾਡੇ ਤੇ ਕਾਰਪੋਰੇਟਸ। ਬਿਲਕੁਲ, ਤੁਹਾਡੀ ਗੱਲ ਸਾਰੀ ਸਹੀ ਆ, ਪਰ ਸਾਡਾ ਸਵਾਲ ਇਹ ਹੈਗਾ, ਹਾਂਜੀ, ਕਿ ਜੋ ਬੀਜੇਪੀ ਨੇ ਇਸ ਵਕਤ ਕੀਤਾ, ਹਾਂਜੀ, ਇਹਦੇ ਕਰਕੇ ਇੱਕ ਲਹਿਰ ਬਣੀ, ਕਿਸਾਨ ਆ ਜਿਹੜੇ ਉਹ ਆਏ ਸੜਕਾਂ ਦੇ ਉੱਤੇ, ਰੇਲ ਦੀਆਂ ਪਟੜੀਆਂ ਦੇ ਉੱਤੇ ਬੈਠੇ, ਉਹ ਕਰਦੇ ਟਿੱਚਰਾਂ ਦਿੱਲੀ ਦੇ ਵਿੱਚ ਬੈਠੇ। ਹਾਂਜੀ, ਪੰਜਾਬ ਦੇ ਨਾਲ ਵਿਤਕਰਾ ਤਾਂ ਪਹਿਲਾਂ ਵੀ ਬਹੁਤ ਹੋਇਆ, ਅੱਜ ਵੀ ਹੋਣਾ ਤੇ ਭਵਿੱਖ ਦੇ ਵਿੱਚ ਵੀ ਸ਼ਾਇਦ ਹੋਵੇ, ਕਿਉਂਕਿ ਕਿਸੇ ਵੀ ਸਰਕਾਰ ਨੇ, ਕੇਂਦਰ ਦੀ ਨੇ ਕਦੇ ਪੰਜਾਬ ਦੇ ਨਾਲ ਇਹੋ ਜਿਹਾ ਰਵੱਈਆ ਨਹੀਂ, ਵਫਾ ਨਹੀਂ ਕਮਾਇਆ ਵੀ ਜਿਹਦੇ ਕਰਕੇ ਅਸੀਂ ਕਹਿੰਦੇ ਵੀ ਬਹੁਤ ਚੰਗੇ ਆ। ਪਰ ਗੱਲ ਫਿਰ ਉੱਥੇ ਆ ਕੇ ਮੁੱਕਦੀ ਹੈ ਵੀ ਜੇਕਰ ਇਸ ਵਕਤ ਤੁਹਾਡੀਆਂ ਜਿਹੜੀਆਂ ਜ਼ਮੀਨਾਂ ਉਹ ਤੁਹਾਡੇ ਹੱਥ ਦੇ ਵਿੱਚ ਨਾ ਰਹੀਆਂ, ਮੰਡੀਕਰਨ ਸਿਸਟਮ ਫੇਲ ਹੋ ਗਿਆ, ਸਵਾਮੀਨਾਥਨ ਫਾਰਮੂਲਾ ਉਹ ਲਾਗੂ ਕਰਕੇ ਨਹੀਂ ਰਾਜ਼ੀ, ਉਧਰੋਂ ਕਰਦੇ ਟਿੱਚਰਾਂ, ਉਧਰੋਂ ਮੋਦੀ ਸਾਹਿਬ ਕਹਿੰਦੇ ਨੇ ਬਾਈਓ ਔਰ ਬਹਿਨੋ ਜੋ ਕਰਦੀ ਆ ਹਮਨੇ ਠੀਕ ਕਰ ਦਿਆ। ਸੋ ਇਹ ਗੱਲਾਂ ਜਿਹੜੀਆਂ ਤੁਸੀਂ ਇਹ ਵੱਡੀਆਂ ਮੰਨਦੇ ਹੋ ਜਾਂ ਜਿਹੜਾ ਇਕੱਲਾ ਮਾਡਲ ਦੀ ਗੱਲ ਕਰਦੇ ਹੋ ਤੁਸੀਂ ਉਹ ਵੱਡਾ ਮੰਨਦੇ ਹੋ? ਨਹੀਂ ਜੀ, ਦੇਖੋ, ਪਹਿਲੀ ਗੱਲ ਤਾਂ ਮੈਂ ਵੱਡੀ ਕਿਸ ਗੱਲ ਨੂੰ ਮੰਨਦਾ, ਸਾਡੇ ਕੋਲ ਮਸਲੇ ਬਹੁਤ ਆ, ਹਨਾ, ਇੱਥੇ ਵੱਡੇ ਦੀ ਗੱਲ ਆਉਂਦੀ ਹੈ ਜਾਂ ਤਰਜੀਹ ਦੇਣ ਦੀ ਗੱਲ ਆਉਂਦੀ ਹੈ, ਆਪਾਂ ਇੱਥੇ ਆਉਣੇ ਆ, ਮਸਲੇ ਬਹੁਤ ਆ ਸਾਡੇ ਕੋਲ, ਪ੍ਰਵਾਸ ਦਾ ਮਸਲਾ ਵੀ ਆ, ਸਾਡੇ ਕੋਲ ਨਸ਼ਿਆਂ ਦਾ ਮਸਲਾ ਵੀ ਆ, ਸਾਡੀਆਂ ਨੌਕਰੀਆਂ ਵੀ ਨਹੀਂ ਮਿਲਦੀਆਂ ਸਾਡੇ ਯੂਥ ਨੂੰ, ਸਾਡੇ ਕੋਲ ਪਾਣੀਆਂ ਦਾ ਮਸਲਾ ਵੀ ਆ, ਹਨਾ, ਸਾਡੇ ਕੋਲ ਸਾਡੀ ਕੋਈ ਨੀਤੀ, ਪੰਜਾਬ ਨਹੀਂ ਘੱਟ ਸਕਦਾ, ਕੇਂਦਰ ਘੱਟ ਸਕਦਾ, ਇਹ ਵੀ ਮਸਲਾ ਬਹੁਤ ਵੱਡਾ। ਅਗਲੀ ਗੱਲ, ਅੱਜ ਕਿਸਾਨੀ ਦਾ ਮਸਲਾ ਆ ਗਿਆ ਸਾਡੇ ਕੋਲ, ਕਿਸਾਨੀ ਦਾ ਮਸਲਾ ਪਹਿਲਾਂ ਵੀ ਸੀ, ਖੁਦਕੁਸ਼ੀਆਂ ਕਰਜ਼ੇ, ਅੱਜ ਹੋਰ ਜ਼ਿਆਦਾ ਗੰਭੀਰ ਸੰਕਟ ਆ ਗਿਆ ਸਾਡੇ 'ਤੇ। ਇਹਦਾ ਮਤਲਬ ਮਸਲਿਆਂ ਨੂੰ ਜਦੋਂ ਅਸੀਂ ਵਿਚਾਰਨਾ, ਪਹਿਲੀ ਗੱਲ ਅਸੀਂ ਜਦੋਂ ਹਮੇਸ਼ਾ ਹੀ ਗਲਤੀ ਕਰਦੇ ਹਾਂ, ਮਸਲਿਆਂ ਨੂੰ ਵਿਚਾਰਨ ਲੱਗ ਜਾਂਦੇ ਹਾਂ, ਉਹ ਮਸਲੇ ਕਿਸੇ ਹਾਲਾਤ ਨੇ ਸਾਨੂੰ ਦਿੱਤੇ ਆ, ਉਹਨਾਂ ਹਾਲਾਤਾਂ ਨੂੰ ਵਿਚਾਰਨਾ ਪਊਗਾ। ਮਸਲੇ ਤਾਂ ਇੱਕ ਬਿਮਾਰੀ ਦੇ ਲੱਛਣ ਆ, ਬਿਮਾਰੀ ਦੀ ਜੜ ਪੱਟਣੀ ਪੈਣੀ ਆ ਕਿ ਨਹੀਂ ਪੱਟਣੀ ਪੈਣੀ, ਕਿ ਐਂ ਜੂਝਦੇ ਰਹਿਣਾ ਆਪਾਂ, ਕਿ ਲੜਾਈ ਵਿੱਢਣੀ ਨਹੀਂ ਕਦੇ। ਹੁਣ ਤੁਸੀਂ ਕਹਿੰਦੇ ਹੋ ਜਦੋਂ ਪਹਿਲਾਂ ਆਪਾਂ ਇਹਨਾਂ ਮਸਲਿਆਂ ਨੂੰ ਇਕੱਠਾ ਕਰ ਲਿਆ, ਹਾਲਾਤਾਂ ਨੂੰ ਵਿਚਾਰਿਆ, ਤਾਂ ਅਸੀਂ ਸਾਰੇ ਮਸਲੇ ਇੱਕ ਵਾਰ 'ਚ ਹੱਲ ਨਹੀਂ ਕਰ ਸਕਦੇ, ਸਾਨੂੰ ਤਰਜੀਹ ਦੇਣੀ ਪੈਂਦੀ ਆ ਵੀ ਜਿਵੇਂ ਘਰੇ ਜੇ 10 ਜ਼ਰੂਰਤਾਂ ਹੋਣ ਤਾਂ ਸਾਨੂੰ ਦੇਖਣਾ ਪੈਂਦਾ ਹੁੰਦਾ, ਘਰੇ ਪਹਿਲਾਂ ਅਸੀਂ ਖਾਣ ਪੀਣ ਦਾ ਜੁਗਾੜ ਕਰੀਏ, ਉਦੋਂ ਬਾਅਦ ਹੋ ਸਕਦਾ ਸਾਡਾ ਕੋਈ ਲੀੜੇ ਕੱਪੜੇ ਦਾ
सारा साडा वो भी होवे सारा है ना साडे वास्ते। तो उदू बाद जे घर कोई बीमार आ तो उसकी दवाई का करिए फिर एजुकेशन का करिए करिए तरजीह देनी पैंदी है ना। इस तरह इस किसानी के घोल च सानू तरजीह देनी पऊगी या साडे पंजाब दे इस घोल च तरजीह देनी पऊगी। अज तरजीह किसानी नू देनी चाहीदी है क्योंकि किसान सड़कां ते आ किसान मर रहे आ ते धरती नाल साडा सभ्याचार जुड़िया होया। पर तरजीह भी ताही दित्ती जाऊगी जे आपां हुण परिवार दी इक एग्जांपल लैणे ही आ। पर उह परिवार भी तरजीह ताही रख पाउंदा है जेकर उह सारे इकट्ठे हो के इक दिशा दे विच चलणगे। हां जी इह गल बिल्कुल ठीक आ। भी मैं ऐ नू जाना ते बेबे कहवे भी नहीं पहलां मैं ऐ नू जाना ते फिर मसले हल नहीं हुंदे। जे इह पट उह धाड़ पहलां ही पै गई ते फिर उह तां शुरू कठे केड़े कारण जिदे करके दूरियां वधियां। मैं थोनू पहला गल ओही आउणी आपां कलाकार छड़ दो संबोधन करन दी लड़ाई तां नहीं आ ना। एक संघर्ष पैदा होया उभार पैदा होया उस उभार च कुछ खट के जाना सी। हुण खटूगा कौन? कोई जथेबंदी कोई पोलिटिकल धिर राजसी धिर लड़ू तां इह जथेबंधक तौर ते ही लड़िया जांदा ना। कोई राजसी धिर लड़दी है हुण लड़दी किस गल लई आ? साडी डिमांड हुंदी आ इक डिमांड थोड़ी आ आर्थिकता दे तौर ते रियायतां रियायतां दी डिमांड कर करके ही तां असीं पिछले 17 सालां च आपदा कोई मॉडल नहीं उसार सके खेतीबाड़ी दा। रियायतां ते ही रहे ओह कानून बना दिंदे सी असीं उहदे च सौदां लई कोई लड़ाई लड़दे सी उहनां ने सौदां वी नहीं कीतियां कूणी ते गुड़ ला दिंदे ना छड्डिया जांदा ना चट्टिया जांदा ते उदू बाद ओह सारा संघर्ष भी किसी होर पासे नूं लै जांदे आ कमजोर हो जांदा या लोक घरों घरी बह जांदे आ। फिर असीं इह गल नूं समझ के आउण वाले टाइम ते वी आई लड़दे रही। अज लड़ाई थोड़े घरां च वड़ गई आ। मैं इसे करके कहा जदों घरां च वड़ गई आ किवें घरां च वड़ गई आ थोड़े ते जदों सभ्याचारक थोड़ी एक आइडेंटिटी है ना पंजाब असीं कहिंदे असीं पंजाबी आ असीं इह तां नहीं कहिंदे पहलां भारती आ पहलां पंजाबी आ फिर भारती आ। इसे तरह बंगोली इह कहिंदे आ असीं पहलां बंगोली आ जी फिर भारती आ। ਇਸੇ ਤਰ੍ਹਾਂ ਜਿਹੜੇ ਤਾਮਿਲਸ ਆ ਉਹ ਇਹ ਕਹਿੰਦੇ ਆ ਤਾਮਿਲਨਾਡੂ ਵਾਲੇ ਅਸੀਂ ਪਹਿਲਾਂ ਤਾਮਿਲ ਆ ਫਿਰ ਅਸੀਂ ਭਾਰਤੀ ਆ। ਤੁਸੀਂ ਕਿਸਾਨ ਜਥੇਬੰਦੀਆਂ ਨਾਲ ਸਹਿਮਤ ਹੋ ਕੇ ਨਹੀਂ ਇਸ ਵੇਲੇ? ਨਹੀਂ ਮੈਂ ਕਿਸਾਨ ਜਥੇਬੰਦੀਆਂ ਨਾਲ ਦੇਖੋ ਕਿਸਾਨ ਜਥੇਬੰਦੀਆਂ ਨਾਲ ਮੈਂ ਸਹਿਮਤ ਹੈਗਾ ਵੀ ਆ ਬਿੱਲ ਵਾਪਸ ਲਏ ਜਾਣ ਠੀਕ ਆ। ਪਰ ਇੱਕ ਲੜਾਈ ਮੈਂ ਹੋਰ ਲੜ ਰਿਹਾ ਨਾਲ ਜਿਹਦੀ ਐਕਸਟੈਂਸ਼ਨ ਕਹਿ ਲਓ ਵੀ ਸਾਡੀ ਲੜਾਈ ਇਕੱਲੇ ਬਿੱਲਾਂ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ। ਅਸੀਂ ਬਿੱਲਾਂ ਦੇ ਵਾਪਸ ਲਏ ਦੇ ਨਾਲ ਨਾਲ ਇੱਕ ਪੰਜਾਬ ਕੇਂਦਰਿਤ ਖੇਤੀਬਾੜੀ ਮਾਡਲ ਵੀ ਦੇ ਕੇ ਜਾਈਏ ਤੇ ਇਸ ਸੰਘਰਸ਼ ਚੋਂ ਦੇ ਸਕਦੇ ਆ ਉਭਾਰ ਲੋਕਾਂ ਚ ਜਾਗਰੂਕਤਾ ਆ ਜੂਗੀ। ਰੇਲਾਂ ਰੁਕੀਆਂ ਹਾਂਜੀ ਮਾਲ ਗੱਡੀਆਂ ਰੁਕੀਆਂ ਤਾਂ ਜੋ ਕੇਂਦਰ ਨੂੰ ਸੇਕ ਲੱਗੇ ਹਾਂਜੀ ਉਹਨਾਂ ਨੂੰ ਅਕਲ ਆਵੇ ਵੀ ਭਾਈ ਪੰਜਾਬ ਤੋਂ ਬਿਨਾਂ ਸਾਡਾ ਸਰਦਾ ਨਹੀਂ ਹਾਂਜੀ ਹਾਲਾਂਕਿ ਅਸੀਂ ਨੁਕਸਾਨ ਵੀ ਖਾਧਾ ਹਾਂਜੀ ਸਾਡਾ ਆਪਣਾ ਹੋਇਆ ਇੱਧਰ ਕੋਲੇ ਦੇ ਭੰਡਾਰ ਮੁੱਕ ਗਏ ਹੋਰ ਬੜੀਆਂ ਗੱਲਾਂ ਹੋਈਆਂ ਅਸੀਂ ਪਟੜੀਆਂ ਦੇ ਉੱਤੇ ਬੈਠੇ ਹਾਂਜੀ ਅਸੀਂ ਬਹੁਤ ਕੁਝ ਹੋਰ ਕੀਤਾ ਇਸ ਵਕਤ ਸੜਕਾਂ ਦੇ ਉੱਤੇ ਬੈਠੇ ਹਾਂਜੀ ਅਸੀਂ ਇਸ ਵਕਤ ਪੈਟਰੋਲ ਪੰਪਾਂ ਦੇ ਮੂਹਰੇ ਬੈਠ ਰਹੇ ਏਅਰਲਾਈਨਸ ਵਾਲਿਆਂ ਦੇ ਅਸੀਂ ਸ਼ੋਰੂਮਾਂ ਦੇ ਮੂਹਰੇ ਬੈਠ ਰਹੇ ਹਾਂ ਟੋਲ ਪਲਾਜ਼ਿਆਂ ਤੇ ਬੈਠ ਰਹੇ ਹਾਂ ਉਹ ਹੈਗਾ ਸਿਰਫ ਸੇਕ ਲਾਉਣ ਦੇ ਲਈ ਵੀ ਉਹਨਾਂ ਦੀ ਮਤ ਦੇ ਵਿੱਚ ਆਵੇ ਕਿ ਪੰਜਾਬ ਵੀ ਭਾਰਤ ਦੇ ਨਕਸ਼ੇ ਤੇ ਆ ਇਹ ਪਾਕਿਸਤਾਨ ਦਾ ਹਿੱਸਾ ਨਹੀਂ। ਹਾਂਜੀ ਤੁਸੀਂ ਛੰਭੂ ਮੋਰਚੇ ਤੇ ਬੈਠੇ ਆ ਉਹਦੇ ਨਾਲ ਕੀ ਅਸਰ ਪੈ ਸਕਦਾ ਦਿੱਲੀ ਵਾਲੇ ਇੱਥੇ ਇੱਥੇ ਆਪਾਂ ਆਉਣੇ ਆ। ਤੁਸੀਂ ਮੈਨੂੰ ਇਹ ਦੱਸੋ ਸੇਕ ਲੱਗਿਆ? ਕੁਛ ਹੱਦ ਤੱਕ ਨਹੀਂ ਲੱਗਿਆ। ਸੇਕ ਲੱਗਿਆ ਹੁੰਦਾ ਤਾਂ ਉਹਨਾਂ ਨੇ ਜਲੀਲ ਨਹੀਂ ਕਰਨਾ ਸੀ ਕੁਛ ਹੱਦ ਤੱਕ। ਮੈਂ ਤਾਂ ਕਹਿਣਾ ਬਾਦਲ ਪਰਿਵਾਰ ਨੂੰ ਤੋੜ ਵਿਛੋੜਾ ਕਰਨਾ ਪੈ ਗਿਆ। ਨਹੀਂ ਬਾਦਲ ਪਰਿਵਾਰ ਨੇ ਤੋੜ ਵਿਛੋੜਾ ਸਾਰੇ ਨੇਤਾਵਾਂ ਨੂੰ ਪੰਜਾਬ ਦੇ ਵਿੱਚ ਘੇਰਾ ਪੈ ਰਿਹਾ। ਨਹੀਂ 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 ਦੇਖੋ ਗੱਲ ਇਹ ਤਾਂ ਹੁਣ ਆਏ ਆ ਵੀ ਦਿਲ ਬਹਿਲਾਣੇ ਕੇ ਲਈ ਗਾਲਬ ਖਿਆਲ ਅੱਛਾ ਹੈ ਹਨਾ ਸੋ ਇਹ ਤਾਂ ਦਿਲ ਬਹਿਲਾਈ ਜਾਂਦੇ ਹੋ ਤੁਸੀਂ। ਜਦੋਂ ਦਿੱਲੀ ਸਾਡੀ ਕਿਸਾਨ ਜਥੇਬੰਦੀਆਂ ਦੇ ਲੀਡਰ ਜਾਂਦੇ ਆ ਉਹਨਾਂ ਨੂੰ ਜਲੀਲ ਕਰਕੇ ਤੋੜ ਦਿੱਤਾ ਜਾਂਦਾ ਠੀਕ ਆ। ਸਾਡਾ ਸੀਐਮ ਜਾਂਦਾ ਪੰਜਾਬ ਦਾ ਰਿਪ੍ਰੈਜ਼ੈਂਟੇਟਿਵ ਆ ਨਾ ਇੱਕ ਨੁਮਾਇੰਦਾ ਆਪਦੇ ਕਾਉਂਸਲ ਆਫ ਮਿਨਿਸਟਰਸ ਨੂੰ ਲੈ ਕੇ ਜਾਂਦਾ ਉਹਨੂੰ ਜਲੀਲ ਕਰਕੇ ਤੋੜ ਦਿੱਤਾ ਜਾਂਦਾ। ਫਿਰ ਰੇਲ ਮੰਤਰੀ ਕਹਿੰਦਾ ਅਸੀਂ ਮਾਲ ਗੱਡੀਆਂ ਨਹੀਂ ਚਲਾਉਣੀਆਂ ਜੇ ਤੁਸੀਂ ਸਾਡੇ ਕਾਨੂੰਨ ਨਹੀਂ ਮੰਨਦੇ ਅਸੀਂ ਤੁਹਾਡੇ ਮਾਲ ਗੱਡੀਆਂ ਵੀ ਨਹੀਂ ਚਲਾਉਂਦੇ ਦੂਜੀਆਂ ਵੀ ਨਹੀਂ ਚਲਾਉਂਦੇ। ਕਿੱਡੀ ਵੱਡੀ ਐਰੋਗੈਂਸ ਬਿਲਕੁਲ ਸਹੀ ਹੰਕਾਰੇ ਆ ਉਹ। ਅੱਛਾ ਕਿਉਂ? ਜੇ ਕਿਤੇ ਆਰਥਿਕ ਗੱਲ ਹੁੰਦੀ ਨਾ ਇਕੱਲੀ ਤਾਂ ਕੇਂਦਰ ਨੇ ਅੱਜ ਤੱਕ ਕੰਪਨੀਆਂ ਨੂੰ ਕਹਿ ਦੇਣਾ ਅਸੀਂ 2-4 ਮਹੀਨੇ ਬਹਿ ਜਾਓ ਅਸੀਂ ਆਹ ਸਿਚੁਏਸ਼ਨ ਡਿਫਿਊਜ਼ ਕਰ ਲਈਏ ਇਦੋਂ ਬਾਅਦ ਅਸੀਂ ਕੰਮ ਛੋਟਾ ਸ਼ੁਰੂ ਕਰਾ ਦਾਂਗੇ। ਕੇਂਦਰ ਵੀ ਵਿਚਾਰਧਾਰਕ ਲੜਾਈ ਲੜ ਰਿਹਾ
ਕੇਂਦਰ ਸਾਡੇ ਮਲਟੀ ਕਲਚਰਲਿਜ਼ਮ ਨੂੰ, ਸਾਡੀ ਕੌਮੀਅਤ ਨੂੰ, ਪੰਜਾਬੀ ਕੌਮੀਅਤ ਨੂੰ ਖਤਮ ਕਰ ਰਿਹਾ। ਹੁਣ ਸ਼ੰਭੂ ਮੋਰਚੇ ਤੇ ਆਉਣੇ ਆ। ਸ਼ੰਭੂ ਮੋਰਚਾ ਇੱਕੋ ਇੱਕ ਮੋਰਚਾ ਸੀ ਪੰਜਾਬ 'ਚ ਜਦੋਂ ਸ਼ੁਰੂ ਕੀਤਾ 4 ਤਰੀਕ ਤੋਂ ਪਹਿਲਾਂ 25 ਤਰੀਕ ਨੂੰ, ਜਿਹੜਾ ਕਹਿੰਦਾ ਸੀ ਪੰਜਾਬ ਆਪਦੀ ਹੋਂਦ ਦੀ ਲੜਾਈ ਲੜ ਰਿਹਾ। ਅੱਜ ਜਿੱਥੇ ਵੀ ਧਰਨੇ ਲਾ ਕੇ ਬੈਠੇ ਆ ਹੋਂਦ ਦੀ ਗੱਲ ਕਰਨ ਲੱਗ ਕੇ। ਕਿਉਂ? ਕਿਉਂਕਿ ਹਰ ਬੰਦੇ ਦੇ ਇਹ ਗੱਲ ਸਮਝ ਆ ਗਈ ਵੀ ਸਾਡੀ ਕੌਮੀਅਤ 'ਤੇ ਅਸਰ, ਜਿਹੜਾ ਇਹਨਾਂ ਨੇ ਹਮਲਾ ਕੀਤਾ, ਸਾਡੇ ਸੱਭਿਆਚਾਰ 'ਤੇ ਹਮਲਾ ਕੀਤਾ। ਪੰਜਾਬ ਦੀ ਕੌਮੀਅਤ ਜਿਹੜੀ ਆ ਉਹ ਪੰਜਾਬੀ ਸਾਡੀ ਕੌਮੀਅਤ ਆ, ਔਰ ਇਹਦਾ ਸਾਨੂੰ ਡੈਮੋਕਰੇਟਿਕ ਹੱਕ ਆ ਇਹ ਕਹਿਣ ਦਾ ਵੀ ਅਸੀਂ ਪੰਜਾਬੀ ਹਾਂ। ਇੱਕ ਡੈਮੋਕਰੇਟਿਕ ਫੈਡਰਲ ਸਿਸਟਮ 'ਚ ਰਹਿੰਦੇ ਹਾਂ ਅਸੀਂ, ਜੇ ਫੈਡਰਲ ਸਿਸਟਮ 'ਚ ਰਹਿੰਦੇ ਹਾਂ ਤਾਂ ਉਹ ਇੱਕ ਬਹੁ ਕੌਮੀਅਤ ਮਲਟੀ ਕਲਚਰਲਿਜ਼ਮ ਵਾਲੀ ਜਿਹੜੀ ਸੁਸਾਇਟੀ ਆ ਉਹਨੂੰ ਸੈਂਟਰ 'ਚ ਖਤਮ ਕਰੂਗਾ ਜਾਂ ਦਿੱਲੀ ਖਤਮ ਕਰੂਗੀ। ਅੱਜ ਤੁਸੀਂ ਇਹ ਦੇਖ ਲਓ ਜਿਹੜੇ ਜਿਹੜੇ ਬੰਦੇ ਆਪਦੀ ਕੌਮੀਅਤ ਨੂੰ ਸਮਝ ਰਹੇ ਆ ਉਹ ਇਸ ਉਭਾਰ 'ਚ ਸ਼ਾਮਿਲ ਆ, ਜਿਹੜੇ ਨਹੀਂ ਸਮਝ ਰਹੇ ਉਹ ਇਸ ਉਭਾਰ 'ਚ ਸ਼ਾਮਿਲ ਨਹੀਂ ਆ। ਤੁਸੀਂ ਸ਼ੰਭੂ ਮੋਰਚੇ ਨੇ ਇੱਕ ਬਹੁਤ ਵੱਡੀ ਲੜਾਈ ਲੜੀ ਜਿਹਦੇ ਕੌਮੀਅਤ ਦੇ ਅਹਿਸਾਸ ਨੂੰ ਸਮਝ ਕੇ ਉਹਨੂੰ ਜਿਉਂਦਾ ਰੱਖਿਆ। ਜਦੋਂ ਤੁਸੀਂ ਇਹ ਗੱਲ ਕਹਿੰਦੇ ਹੋ ਹਾਂਜੀ ਵੀ ਮੈਨੂੰ ਆਰਐਸਐਸ ਦੇ ਆਗੂਆਂ ਦੇ ਫੋਨ ਆ ਗਏ, ਹਾਂਜੀ ਇਹ ਗੱਲ ਕਿੰਨੀ ਕੁ ਸੱਚੀ ਹੈ? ਮੈਂ ਤੁਹਾਨੂੰ ਇਹਦਾ ਵੀ ਦੱਸ ਦਿੰਦਾ, ਕੁਝ ਕੁ ਲੋਕ ਇਹ ਗੱਲ ਕਹਿੰਦੇ ਆ ਵੀ ਇਹ ਤਾਂ ਕਲਾਕਾਰਾਂ ਵਾਲੀ ਗੱਲ ਆ ਵੀ ਜਿਵੇਂ ਮਸ਼ਹੂਰੀ ਜੀ ਵਾਲੀ ਹੁੰਦੀ ਹੈ ਨਾ ਕਿ ਬਈ ਭਾਈ ਸੰਕਟ ਪੈਦਾ ਹੋ ਗਿਆ ਆਪਣੇ ਆਪ ਨੂੰ ਉਭਾਰਨ ਵਾਲੀ ਗੱਲ ਆ। ਹਾਂਜੀ ਇਹ ਤੁਹਾਨੂੰ ਸੱਚੀ ਫੋਨ ਆਏ ਤੇ ਜੇਕਰ ਆਏ ਤਾਂ ਬੰਦੇ ਦਾ ਨਾਂ ਦੱਸਣੇ ਚਾਹੋਗੇ ਕਿ ਨਹੀਂ? ਨਹੀਂ ਮੈਂ ਤੁਹਾਨੂੰ ਦੱਸਦਾ ਹੁਣ, ਜਦੋਂ ਆਰਐਸਐਸ ਦਾ ਮੈਂ ਕਿਹਾ ਫੋਨ ਆਇਆ, ਹੁਣ ਮੈਂ ਉਹਨਾਂ ਨਾਲ ਰਿਹਾ ਹੋਇਆ, ਗੱਲ ਕੀ ਹੁੰਦੀ ਆ? ਪਹਿਲੀ ਗੱਲ ਉਹ ਕੀ ਕਰਦੇ ਆ, ਉਹ ਤੁਹਾਨੂੰ ਚੁੱਪ ਕਰਾਉਂਦੇ ਆ। ਮੈਨੂੰ ਫੋਨ ਆਇਆ ਚੁੱਪ ਕਰਾਉਣ ਵਾਸਤੇ, ਕੋਈ ਮੈਨੂੰ ਕੋਈ ਸਲਿਊਸ਼ਨ ਦੇਣ ਵਾਸਤੇ ਥੋੜੀ ਆਇਆ, ਕੋਈ ਧਮਕੀ ਨਹੀਂ। ਧਮਕੀ ਵਾਲੇ ਪਾਸੇ ਤਾਂ ਨਹੀਂ ਤੁਰਨਗੇ ਮੇਰੇ ਨਾਲ, ਉਹਨਾਂ ਨੂੰ ਪਤਾ। ਸੋ ਮੈਨੂੰ ਇਸ ਕਰਕੇ ਆਇਆ ਕਿਉਂਕਿ ਮੇਰਾ ਉਹਨਾਂ ਨੂੰ ਲੱਗਦਾ ਮੇਰਾ ਰਿਲੇਸ਼ਨਸ਼ਿਪ ਆ, ਕਿਉਂਕਿ ਜਦੋਂ ਮੈਂ ਚੋਣਾਂ ਸਨੀ ਬਾਈ ਵਾਲੀਆਂ ਉਹਨਾਂ ਦੇ ਨਾਲ ਰਹਿ ਕੇ ਲੜੀਆਂ ਤਾਂ ਕੁਛ ਬੰਦੇ ਡੈਫੀਨੇਟਲੀ ਮਿਲਦੇ ਹੋਣਗੇ, ਕੁਛ ਬੰਦਿਆਂ ਨਾਲ ਉੱਥੇ ਗੱਲਬਾਤ ਵੀ ਹੁੰਦੀ ਆ, ਅਤੇ ਉਹ ਬੰਦੇ ਬੀਜੇਪੀ ਨਾਲ ਜਾਂ ਆਰਐਸਐਸ ਨਾਲ ਰਿਲੇਟਡ ਆ। ਹੁਣ ਉਸ ਜਿਵੇਂ ਮੈਂ ਨਾਂ ਦੱਸਦਾ ਤਰੁਣ, ਉਹਦਾ ਫੋਨ ਆਇਆ, ਦੈਟ ਕਿਉਂ ਬੋਲੀ ਤਰੁਣ ਕੌਣ ਨੇ? ਨਹੀਂ ਹੁਣ ਆਪਾਂ ਬਾਹਲੇ ਇਸ 'ਚ ਨਾ ਪਈਏ, ਉਹ ਉਦੋਂ ਤਰੁਣ ਜਿਹੜੇ ਰਾਠੀ ਸਾਡੇ ਨਾਲ ਸੀ ਉੱਥੇ, ਹੈ ਨਾ, ਕਿਉਂ ਨਾ ਪਈਏ, ਕਿਉਂਕਿ ਅਗਲੇ 'ਤੇ ਵੀ ਫਿਰ ਸਵਾਲ ਉੱਠਣੇ ਸ਼ੁਰੂ ਹੋ ਜਾਂਦੇ ਆ, ਹੈ ਨਾ। ਇਹ ਗੱਲਾਂ ਇਹ ਆ ਵੀ ਕਿਸੇ ਕੋਈ ਵਿਚਾਰਾ ਉੱਥੇ ਕੰਮ ਕਰ ਰਿਹਾ ਅਤੇ ਉਹਨੂੰ ਆਪਾਂ ਫਸਾਤਾ, ਹੈ ਨਾ, ਉਹਨੂੰ ਫਸਾਤਾ, ਉਹਨੂੰ 10 ਸਵਾਲ ਵੀ ਹੋਣਗੇ ਅਤੇ ਸਾਡੇ ਲੋਕਾਂ ਦਾ ਵੀ ਪਤਾ ਤੁਹਾਨੂੰ, ਕਿਉਂਕਿ ਕਈ ਗੱਲਾਂ ਨਾ ਇੰਨੀਆਂ ਕੁ ਪਰਦੇ 'ਚ ਚੰਗੀਆਂ ਲੱਗਦੀਆਂ ਹੁੰਦੀਆਂ। ਜਦੋਂ ਆਪਾਂ ਗੱਲ ਹੀ ਕਲੀਅਰ ਕਰਤੀ ਵੀ ਮੈਨੂੰ ਫੋਨ ਆਇਆ ਜੀ, ਅਤੇ ਫੋਨ ਇਸ ਕਰਕੇ ਆਇਆ ਵੀ ਉਹ ਕਹਿੰਦੇ ਚੁੱਪ ਕਰਕੇ ਬਹਿ ਜਾ, ਵੀ ਕਿਉਂ ਤੈਨੂੰ ਬੋਲਣ ਦਾ ਕੀ ਲੈਣਾ ਤੂੰ ਬੋਲ ਕੇ, ਅਤੇ ਮੈਂ ਇਹ ਗੱਲ ਜਾ ਕੇ ਜਨ ਤੱਕ ਇਸ ਕਰਕੇ ਕੀਤੀ ਵੀ ਦੇਖੋ ਤੁਸੀਂ ਕਿਸ ਤਰ੍ਹਾਂ, ਇਹ ਜੇ ਮੈਨੂੰ ਆਇਆ ਤਾਂ ਹੋਰ ਬੰਦਿਆਂ ਨੂੰ ਵੀ ਆਉਣਗੇ ਫੋਨ। ਉਦਾਂ ਤੁਹਾਨੂੰ ਆਰਐਸਐਸ ਜਾਂ ਬੀਜੇਪੀ ਪੰਜਾਬ ਪੱਖੀ ਲੱਗਦੀ ਹੈ ਕਿ ਨਹੀਂ? ਕਦੇ ਵੀ ਨਹੀਂ, ਇਕੱਲੀ ਆਰਐਸਐਸ ਬੀਜੇਪੀ ਨਹੀਂ, ਜਿਹੜੀ ਪਾਰਟੀ ਵੀ ਸੈਂਟਰ ਤੋਂ ਦਿੱਲੀ ਤੋਂ ਚੱਲਦੀ ਹੈ ਉਹ ਕਦੇ ਪੰਜਾਬ ਪੱਖੀ ਨਹੀਂ ਹੋ ਸਕਦੀ। ਹੁਣ ਤੁਹਾਨੂੰ ਨਹੀਂ ਪੰਜਾਬ ਪੱਖੀ ਲੱਗ ਰਹੀ ਆ, ਉਦੋਂ ਵੀ ਨਹੀਂ ਸੀ ਲੱਗ ਰਹੀ ਜੋ ਤੁਸੀਂ ਸਨੀ ਦਿਓਲ ਹੋਰਾਂ ਦੇ ਨਾਲ ਉਹਨਾਂ ਦੇ ਪ੍ਰਚਾਰ ਦੇ ਵਿੱਚ ਅੱਗੇ ਬਹੁਤ ਵੱਡੀ ਭੂਮਿਕਾ ਅਦਾ ਕਰ ਰਹੇ ਸੀ, ਉਦੋਂ ਵੀ ਪੰਜਾਬ ਪੱਖੀ ਨਹੀਂ? ਹਾਂਜੀ ਇਹ ਗੱਲ ਦੇਖੋ, ਇਹ ਤੁਹਾਡਾ ਵਧੀਆ ਸਵਾਲ ਆ, ਔਰ ਇਹ ਸਵਾਲ ਆਮ ਤੌਰ 'ਤੇ ਮੈਨੂੰ ਕੀਤਾ ਜਾਂਦਾ, ਪਰ ਮੈਂ ਤੁਹਾਨੂੰ ਕਿਉਂ ਕਿਹਾ ਵਧੀਆ, ਅਸੀਂ ਇੱਕ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਪਹਿਲਾਂ ਮੈਂ ਬੰਬੇ ਰਹਿੰਦਾ ਸੀ, ਬੰਬੇ ਰਹਿੰਦਾ ਸੀ, ਸਿਆਸਤ ਤੋਂ ਇੱਕ ਦੂਰੀ ਬਣ ਜਾਂਦੀ ਹੈ ਜਦੋਂ ਤੁਸੀਂ ਉਹੋ ਜਿਹੇ ਸ਼ਹਿਰ 'ਚ ਰਹਿੰਦੇ ਹੋ, ਔਰ ਪੰਜਾਬ ਦੀ ਸਿਆਸਤ ਤੋਂ, ਪੰਜਾਬ ਦੀ ਸਿਆਸਤ ਕਿਹੋ ਜਿਹੀ ਹੋਣੀ ਚਾਹੀਦੀ ਆ, ਹੈ ਨਾ, ਅਤੇ ਇੱਕ ਉਹ ਮਾਹੌਲ ਵੱਖਰਾ ਹੁੰਦਾ ਉੱਥੇ, ਤੁਹਾਨੂੰ ਪੰਜਾਬ ਦਾ ਗਰਾਊਂਡ ਲੈਵਲ ਦੀ ਸਿਚੁਏਸ਼ਨ ਦਾ ਨਹੀਂ ਪਤਾ ਲੱਗ ਸਕਦਾ। ਜਦੋਂ ਤੱਕ ਇੱਥੇ ਗਰਾਊਂਡ ਲੈਵਲ 'ਤੇ ਮੈਂ ਨਹੀਂ ਆਇਆ ਮੈਨੂੰ ਵੀ ਨਹੀਂ ਪਤਾ ਲੱਗਿਆ। ਅੱਛਾ, ਪਰ ਪਹਿਲੀ ਵਾਰੀ ਮੇਰਾ ਜਦੋਂ ਆਪਾਂ ਰਾਹ ਪਏ ਜਾਣੀਏ ਜਾਂ ਵਾਹ ਪਏ ਜਾਣੀਏ ਉਦੋਂ ਪਿਆ ਜਦੋਂ ਮੈਂ ਚੋਣਾਂ 'ਚ ਆਇਆ ਪੰਜਾਬ 'ਚ। ਚੋਣਾਂ 'ਚ ਆ ਕੇ ਮੈਨੂੰ ਅਸਲ ਤੌਰ 'ਤੇ ਨਿਤਾਰਾ ਗੱਲਾਂ ਦਾ ਉਦੋਂ ਹੋਇਆ ਵੀ ਯਾਰ ਇਹ ਤਾਂ ਗੱਲਾਂ ਹੀ ਹੋਰ ਕਰਦੇ ਆ, ਇਹ ਤਾਂ ਸਾਡੀ ਕੌਮੀਅਤ ਦੇ ਹੀ ਅਗੇਂਸਟ ਗੱਲਾਂ ਕਰਦੇ ਆ, ਪੰਜਾਬ ਦੇ ਜਿਹੜੀ ਇੱਕ ਸਾਡੀ ਐਗਜ਼ਿਸਟੈਂਸ ਆ, ਵਿਲੱਖਣਤਾ ਆਪਦੀ ਆਈਡੈਂਟੀਟੀ ਆ, ਇਹ ਤਾਂ ਉਹਨੂੰ ਖਤਮ ਕਰਨ ਦੀਆਂ ਗੱਲਾਂ ਕਰਦੇ ਆ। ਹੁਣ ਤੁਹਾਨੂੰ ਅਫਸੋਸ ਹੈਗਾ ਇਸ ਚੀਜ਼ ਦਾ ਵੀ ਉਸ ਵੇਲੇ ਤੁਹਾਨੂੰ ਇਹ ਬੜੇ ਚੰਗੇ ਲੱਗਦੇ ਸੀ, ਗਲਤ? ਨਹੀਂ ਜੀ, ਨਹੀਂ ਨਹੀਂ, ਦੇਖੋ ਚੰਗੇ ਮੈਨੂੰ ਕਦੇ ਨਹੀਂ ਲੱਗੇ ਜੀ, ਇਹ ਗੱਲ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ। ਅਫਸੋਸ ਹੈ? ਨਹੀਂ, ਇੱਕ ਮਿੰਟ ਆਪਾਂ ਆਉਣੇ ਆ, ਪਹਿਲਾਂ ਗੱਲ ਪੂਰੀ ਕਰਦੇ ਹਾਂ। ਚੰਗੇ ਮੈਨੂੰ ਕਦੇ ਨਹੀਂ ਲੱਗੇ, ਮੈਂ ਆਇਆ ਸੀ ਤੇ ਮੈਂ ਹਮੇਸ਼ਾ ਹਰ ਇੰਟਰਵਿਊ 'ਚ ਮੈਂ ਕਦੇ ਨਹੀਂ ਕਿਹਾ ਬੀਜੇਪੀ ਨੂੰ ਵੋਟ ਪਾਓ ਜਾਂ ਬੀਜੇਪੀ ਦਾ ਕੋਈ ਪੱਟਾ ਆਪਦੇ ਗਲ 'ਚ ਪਾਇਆ ਹੋਵੇ ਜਾਂ ਬੀਜੇਪੀ ਦਾ ਉਹ ਜਿਹੜਾ ਇਹਨਾਂ ਦਾ ਪਰਨਾ ਜਿਹਾ ਹੁੰਦਾ, ਹੈ ਨਾ, ਜਾਂ ਕੋਈ ਸਟਿੱਕਰ ਹੀ ਲਾ ਕੇ ਕਿਤੇ ਇੰਟਰਵਿਊ ਦਿੱਤੀ ਹੋਵੇ, ਕਦੇ ਵੀ ਨਹੀਂ।
ਹਮੇਸ਼ਾ ਕਿਹਾ ਸਨੀ ਬਾਈ ਨੂੰ ਵੋਟ ਪਾਓ ਕਿਉਂਕਿ ਮੇਰਾ ਭਰਾ ਤੇ ਮੈਂ ਕਿਹਾ ਯਾਰ ਇਹਨੂੰ ਜਿਤਾਓ ਬਾਈ ਨੂੰ ਠੀਕ ਹੈ ਪਰ ਉਹ ਬੰਦਿਆਂ ਨੂੰ ਵਰਤਦੇ ਆ ਹੁਣ ਸਨੀ ਬਾਈ ਨੂੰ ਵੀ ਵਰਤ ਲਿਆ ਗਿਆ ਬੀਜੇਪੀ ਸਾਨੂੰ ਬਿਲਕੁਲ ਸਾਨੂੰ ਸਮਝ ਇਸ ਗੱਲ ਦੀ ਬਾਅਦ ਚ ਆਈ ਹੁਣ ਗੱਲ ਆਏ ਆ ਵੀ ਆਪਾਂ ਅੱਜ ਕਹਿ ਦਈਏ ਅਫਸੋਸ ਆ ਆਏ ਤਾਂ ਆਪਾਂ ਅਫਸੋਸ ਤਾਂ ਸਾਨੂੰ ਬਹੁਤ ਚੀਜ਼ਾਂ ਦਾ ਹੁੰਦਾ ਜ਼ਿੰਦਗੀ 'ਚ ਪਰ ਸਾਨੂੰ ਸਮਝ ਨਹੀਂ ਹੁੰਦੀ ਉਸ ਵੇਲੇ ਜਦੋਂ ਸਾਨੂੰ ਪੂਰਨ ਤੌਰ ਤੇ ਇੱਕ ਗੱਲ ਦੀ ਸਮਝ ਆਉਂਦੀ ਆ ਅਣਜਾਣ ਸੀ ਉਦੋਂ ਕਹਿਣ ਦਾ ਭਾਵ ਇਹ ਆ ਤੁਹਾਨੂੰ ਨੀਤੀਆਂ ਦਾ ਇਹ ਨਹੀਂ ਪਤਾ ਸੀ ਪਰਦੇ ਦੇ ਪਿੱਛੇ ਕੀ ਚੱਲ ਰਿਹਾ ਤੁਹਾਨੂੰ ਇਹ ਨਹੀਂ ਪਤਾ ਸੀ ਕਿਉਂਕਿ ਜਦੋਂ ਤੱਕ ਤੁਸੀਂ ਵਿਚਰੋ ਨਾ ਨਾ ਜਦੋਂ ਤੱਕ ਤੁਸੀਂ ਉਸ ਮਾਹੌਲ ਜਾਂ ਉਹਨਾਂ ਲੋਕਾਂ ਨਾਲ ਤੁਹਾਡਾ ਵਾਹ ਨਹੀਂ ਪੈਂਦਾ ਉਦੋਂ ਤੱਕ ਤੁਹਾਨੂੰ ਲੱਗਦਾ ਵੀ ਸਿਚੁਏਸ਼ਨ ਇੰਨੀ ਗੰਭੀਰ ਨਹੀਂ ਆ ਯਾਰ ਗੱਲਾਂ ਬਾਤਾਂ ਨਾਲ ਸੁਝਾਈ ਜਾ ਸਕਦੀ ਆ ਭਾਈ ਜੀ ਆਪਾਂ ਨਾ ਅੱਜ ਹਾਂਜੀ ਹਾਂਜੀ ਹਾਂ ਜੀ ਜੀ ਪਰ ਅੱਜ ਤੋਂ ਜਦੋਂ ਗਰਾਊਂਡ ਲੈਵਲ ਤੇ ਜਦੋਂ ਵਿਚਰੇ ਤੇ ਗਰਾਊਂਡ ਲੈਵਲ ਤੇ ਆ ਕੇ ਗੱਲ ਇਹ ਸਮਝ ਆਉਂਦੀ ਆ ਵੀ ਯਾਰ ਪੰਜਾਬ ਦੀਆਂ ਜੋ ਲੋੜਾਂ ਜਾਂ ਪੰਜਾਬ 'ਚ ਜੋ ਨੀਤੀਆਂ ਚਾਹੀਦੀਆਂ ਔਰ ਦਿੱਲੀ ਜੋ ਨੀਤੀਆਂ ਡਿਸਾਈਡ ਕਰਦੀ ਆ ਉਹ ਹਮੇਸ਼ਾ ਹੀ ਕੌਂਟਰਰੀ ਹੋਣਗੀਆਂ ਉਹਨਾਂ 'ਚ ਕਲੈਸ਼ ਕੌਨਫਲਿਕਟ ਰਹੂਗਾ ਉਹ ਕਦੇ ਵੀ ਇੱਕ ਨਹੀਂ ਹੋ ਸਕਦੀਆਂ ਬਾਈ ਜੀ ਇੱਕ ਗੱਲ ਦਿੱਲੀ ਤੌਰ ਦੇ ਉੱਤੇ ਦੱਸਿਓ ਖੁੱਲ੍ਹ ਕੇ ਦੱਸਿਓ ਹਰ ਬੰਦਾ ਆਪਦੇ ਆਪ ਨੂੰ ਸ਼ੀਸ਼ੇ ਮੂਹਰੇ ਖੜ ਕੇ ਜਵਾਬ ਜ਼ਰੂਰ ਦਿੰਦਾ ਤੁਹਾਨੂੰ ਇਉਂ ਲੱਗਦਾ ਵੀ ਸੰਨੀ ਦਿਓਲ ਨੂੰ ਭਾਵੇਂ ਵਰਤ ਗਏ ਤੁਸੀਂ ਅਣਜਾਣਤਾ ਦੇ ਵਿੱਚ ਪ੍ਰਚਾਰ ਕਰੀ ਗਏ ਜਿਵੇਂ ਵੀ ਹੋਇਆ ਹਾਂਜੀ ਪਰ ਇਸ ਮੌਕੇ ਦੇ ਉੱਤੇ ਜਦੋਂ ਪੰਜਾਬ ਦੇ ਉੱਤੇ ਬਿਪਤਾ ਆਣ ਪਈ ਆ ਹਾਂਜੀ ਉਦੋਂ 2.5 ਕਿਲੋ ਦੇ ਹੱਥ ਵਾਲੇ ਸੰਨੀ ਦਿਓਲ ਨੂੰ ਜਿਹੜਾ ਤਾਰਾ ਸਿੰਘ ਬਣ ਕੇ ਨਲਕਾ ਵੀ ਪਟਦਾ ਉਹ ਸੰਨੀ ਦਿਓਲ ਨੂੰ ਪੰਜਾਬ ਦੇ ਵਿੱਚ ਆ ਕੇ ਗੁਰਦਾਸਪੁਰ ਦੇ ਲੋਕਾਂ ਨਾਲ ਖੜਨਾ ਚਾਹੀਦਾ ਸੀ ਉਹਨੂੰ ਪੰਜਾਬ ਦੇ ਹੱਕ ਦੇ ਵਿੱਚ ਗੱਲ ਕਰਨੀ ਚਾਹੀਦੀ ਸੀ ਤੁਹਾਨੂੰ ਲੱਗਦਾ ਇਹ ਹੋਣਾ ਚਾਹੀਦਾ ਦੇਖੋ ਸੰਨੀ ਬਾਈ ਦਾ ਜਿਹੜਾ ਰੁਤਬਾ ਨਾ ਉਹ ਕੱਲਾ ਗੁਰਦਾਸਪੁਰ ਤੱਕ ਲਿਮਿਟਡ ਨਹੀਂ ਆ ਸਾਰੇ ਲੋਕਾਂ ਨੇ ਵੋਟਾਂ ਤਾਂ ਉਹਨਾਂ ਨੂੰ ਪਾਈਆਂ ਨਾ ਬਾਈ ਜੀ ਇੱਕ ਮਿੰਟ ਆਪਾਂ ਪੂਰੀ ਗੱਲ ਤਾਂ ਕਰੀਏ ਨਾ ਐਂ ਤਾਂ ਵਿੱਚ ਦੀ ਹੁਣ ਤੁਸੀਂ ਗੱਲ ਕਹੀ ਮੈਂ ਦੱਸਦਾ ਉਹਨਾਂ ਦਾ ਰੁਤਬਾ ਸਾਰੇ ਪੰਜਾਬ 'ਚ ਆ ਔਰ ਪੰਜਾਬ ਤੋਂ ਬਾਹਰ ਬਹੁਤ ਵੱਡਾ ਪਰ ਉਹਨਾਂ ਦੀ ਪਛਾਣ ਆ ਜਿਹੜੀ ਉਹ ਪੰਜਾਬ ਦੇ ਪੁੱਤ ਦੇ ਤੌਰ ਤੇ ਕੀਤੀ ਜਾਂਦੀ ਹੈ ਬਿਲਕੁਲ ਸਹੀ ਜਦੋਂ ਪੰਜਾਬ ਦੇ ਪੁੱਤ ਦੇ ਤੌਰ ਤੇ ਕੀਤੀ ਜਾਂਦੀ ਹੈ ਨਾ ਤੇ ਚਾਹੇ ਪਾਰਟੀ ਇੱਕ ਪਾਸੇ ਖੜੀ ਹੋਵੇ ਔਰ ਪਾਰਟੀ ਦੀ ਨੀਤੀ ਗਲਤ ਹੋਵੇ ਇਹ ਵੀ ਪਤਾ ਫਿਰ ਸਨੀ ਬਾਈ ਨੂੰ ਵੀ ਇਹ ਮੈਂ ਮੰਨਦਾ ਚਾਹੀਦਾ ਇਹ ਸੀ ਆਪਦੇ ਲੋਕਾਂ ਨਾਲ ਆਪਦੀ ਧਰਤੀ ਨਾਲ ਖੜਨ ਜਾਂ ਵਫਾਦਾਰੀ ਨਿਭਾਉਣਾ ਹੁਣ ਉਹ ਇਹ ਤਾਂ ਪਰਸਨਲ ਗੱਲ ਹੋ ਗਈ ਨਾ ਉਹਨਾਂ ਦੀ ਕਿਉਂ ਨਹੀਂ ਕੀਤਾ ਇਹ ਤਾਂ ਪਰਸਨਲ ਹੋ ਗਈ ਤੁਸੀਂ ਬਤੌਰ ਮਿੱਤਰ ਬਤੌਰ ਪਰਿਵਾਰਕ ਸਾਂਝ ਦੇ ਨਾਤੇ ਉਹਨਾਂ ਨੂੰ ਕਿਹਾ ਕਦੇ ਫੋਨ ਕਰਕੇ ਵੀ ਸਨੀ ਬਾਈ ਲੋੜ ਆ ਹੁਣ ਨਹੀਂ ਜੇ ਹੁਣ ਨਾ ਆਏ ਤਾਂ ਫਿਰ ਕਦੋਂ ਆਵਾਂਗੇ ਦੇਖੋ ਅੱਜ ਕੱਲ੍ਹ ਤਾਂ ਮੇਰੀ ਗੱਲ ਨਹੀਂ ਹੁੰਦੀ ਗੁੱਸੇ ਉਹ ਹਾਂ ਗੁੱਸੇ ਹੋ ਗਏ ਇਸ ਗੱਲ ਤੋਂ ਵੀ ਮੈਂ ਇੱਕ ਸਟੈਂਡ ਲੈ ਗਿਆ ਹਨਾ ਔਰ ਆਹ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਉਹਨਾਂ ਨੂੰ ਐਂ ਲੱਗਦਾ ਵੀ ਮੇਰੀ ਗੱਲ ਕਿਉਂ ਕੀਤੀ ਜਾ ਰਹੀ ਹੈ ਪਰ ਤੁਸੀਂ ਸਵਾਲ ਪੁੱਛਦੇ ਹੋ ਮੈਨੂੰ ਜਵਾਬ ਦੇਣਾ ਪੈਂਦਾ ਗੱਲ ਐਂ ਆ ਵੀ ਮੈਂ ਇੱਥੇ ਆਉਣ ਤੋਂ ਪਹਿਲਾਂ ਮਿਲਿਆ ਸੀ ਉਹਨਾਂ ਨੂੰ ਇੱਕ ਦਿਨ ਮੈਂ ਇਹ ਗੱਲ ਕਹੀ ਵੀ ਤੁਸੀਂ ਜੇ ਪਾਰਟੀ ਕੋਈ ਗਲਤ ਨੀਤੀ ਬਣਾਉਂਦੀ ਆ ਨਾ ਤੇ ਤੁਸੀਂ ਉਹਦਾ ਖੰਡਨ ਕਰੋ ਔਰ ਇਸ ਵੇਲੇ ਜੇ ਤੁਸੀਂ ਕਿਸਾਨਾਂ ਦੇ ਨਾਲ ਖੜ ਜਾਓਗੇ ਤੁਹਾਨੂੰ ਸੋਚ ਨਹੀਂ ਸਕਦੇ ਲੋਕ ਪਿਆਰ ਕਿੰਨਾ ਕਰਦੇ ਆ ਤੇ ਤੁਹਾਨੂੰ ਕਿੱਥੇ ਬਿਠਾ ਲੈਣਗੇ ਸੋ ਕਹਿੰਦੇ ਠੀਕ ਆ ਮੈਂ ਦੇਖਦਾ ਮੈਂ ਪੜ੍ਹਦਾ ਮੈਂ ਸਮਝਣਾ ਚਾਹੂੰਗਾ ਜਿਹੜੇ ਬਿੱਲ ਆ ਉਦੋਂ ਬਾਅਦ ਮੈਂ ਪੰਜਾਬ ਆ ਗਿਆ ਫਿਰ ਉਦੋਂ ਬਾਅਦ ਉਹਨਾਂ ਨੇ ਸਮਝੇ ਨਹੀਂ ਸਮਝੇ ਮੈਨੂੰ ਨਹੀਂ ਪਤਾ ਤੁਸੀਂ ਪਤਾ ਵੀ ਨਹੀਂ ਕੀਤਾ ਨਹੀਂ ਮੈਂ ਪਤਾ ਕੋਸ਼ਿਸ਼ ਕੀਤੀ ਇੱਕ ਦੋ ਵਾਰੀ ਗੱਲ ਕਰਨ ਦੀ ਪਰ ਹੁਣ ਰਿਸ਼ਤਾ ਵਾਲਾ ਸਿਖਾਵਾਂ ਨਹੀਂ ਰਿਹਾ ਇਸੇ ਗੱਲ ਤੇ ਕਿਉਂਕਿ ਦੇਖੋ ਉਹਨਾਂ ਦੇ ਟਵੀਟ ਤੇ ਸਾਰਾ ਕੁਝ ਸਾਫ਼ ਕਰ ਦਿੰਦੇ ਨੇ ਕਿ ਉਹਨਾਂ ਨੇ ਕਿੰਨਾ ਕਿਹਨਾਂ ਨੂੰ ਸਮਝਿਆ ਤੇ ਕਿੰਨਾ ਕੋ ਵਾਕਈ ਉਹਦੇ ਵਿਰੋਧ ਦੇ ਵਿੱਚ ਨੇ ਹਾਂਜੀ ਹੁਣ ਗੱਲ ਆਏ ਆ ਵੀ ਜਦੋਂ ਇਹ ਤਾਂ ਹੁਣ ਤੁਹਾਨੂੰ ਤੇ ਮੈਨੂੰ ਉਨੀ ਕੀ ਜਾਣਕਾਰੀ ਆ ਇੱਕ ਟਵੀਟ ਤੋਂ ਜਿੰਨੀ ਤੁਹਾਨੂੰ ਆ ਉਨੀ ਮੈਨੂੰ ਆ ਕਿਉਂਕਿ ਮੇਰੀ ਵੀ ਗੱਲ ਇਸ ਤੇ ਹੋ ਨਹੀਂ ਸਕੀ ਅਦਰਵਾਈਜ਼ ਮੈਂ ਉਹਨਾਂ ਨੂੰ ਕਹਿਣਾ ਸੀ ਲੋੜ ਹੈਗੀ ਆ ਪਰ ਤੁਹਾਡੇ ਵਰਗੇ ਬੰਦੇ ਦੀ ਬਹੁਤ ਲੋੜ ਆ ਤੁਸੀਂ ਅੱਜ ਤੱਕ ਲੋਕਾਂ ਦੇ ਨਾਲ ਖੜੇ ਆ ਤੇ ਹੁਣ ਤਾਂ ਜ਼ਰੂਰਤ ਆ ਲੋਕਾਂ ਨੇ ਤੁਹਾਨੂੰ ਪਿਆਰ ਬਹੁਤ ਦਿੱਤਾ ਸੋ ਗਿਵ ਇਟ ਬੈਕ ਲਿਟਲ ਬਿਟ ਟੂ ਪੀਪਲ ਯੂ ਨੋ ਪਰ ਹੁਣ ਆਏ ਗੱਲ ਆ ਇਹੀ ਇੱਥੇ ਹੀ ਤਾਂ ਆ ਕੇ ਦੇਖੋ ਉਹ ਮਰਾਠਵਾੜਾ 'ਚ ਰਹੇ ਆ ਉਹਨਾਂ ਦੀ ਸਮਝ ਅਸੀਂ ਪੰਜਾਬ 'ਚ ਜੰਮੇ ਪਲੇ ਹਾਂ ਹੈ ਨਾ ਸਾਨੂੰ ਸਾਡੇ ਪੰਜਾਬ ਦੀ ਸਾਡੀ ਸੱਭਿਆਚਾਰ ਦੀ ਜ਼ਿਆਦਾ ਸਮਝ ਹੋਊਗੀ ਉਹਨਾਂ ਨੂੰ ਉਸ ਲੈਵਲ 'ਤੇ ਨਹੀਂ ਆ ਸਮਝ ਇਹ ਗੱਲ ਤਾਂ ਮੈਂ ਮੰਨਦਾ ਪਰ ਫਿਰ ਵੀ ਜਦੋਂ ਸਾਰਾ ਪੰਜਾਬ ਅੱਜ ਬਾਹਰ ਆ ਸਾਰਾ ਪੰਜਾਬ ਸੜਕਾਂ ਤੇ ਧਰਨਿਆਂ ਤੇ ਮੋਰਚਿਆਂ 'ਚ ਬੈਠਾ ਕਾਰਨ ਤਾਂ ਹੋਊ ਨਾ ਕੋਈ ਨਾ ਕੋਈ ਲੋਕ ਐਡੇ ਕਮਲੇ ਤਾਂ ਨਹੀਂ ਆ ਜੇ ਉੱਥੇ ਆ ਕੇ ਲੋਕਾਂ ਦੀ ਗੱਲ ਹੀ ਨਾ ਸੁਣੀ ਜਾਵੇ ਜਾਂ ਸਰਕਾਰ ਗੱਲ ਹੀ ਨਾ ਕਰੇ ਔਰ ਅੱਜ ਉਹ ਸਰਕਾਰ ਦੀ ਨੁਮਾਇੰਦਗੀ ਤਾਂ ਕਰ ਰਹੇ ਆ ਨਾ ਇੱਕ ਹਿੱਸੇ 'ਚੋਂ ਸੋ ਮੈਨੂੰ ਲੱਗਦਾ ਸੀ ਵੀ ਇਹ ਆ ਕੇ ਲੋਕਾਂ ਨਾਲ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਸੀ ਵਿਚਰਨਾ ਚਾਹੀਦਾ ਸੀ ਇਹ ਮੇਰੀ ਆਪਦੀ ਪਰਸਨਲ ਸਮਝ ਆ ਬਿਲਕੁਲ ਸਹੀ ਹੈ ਹਾਂਜੀ ਤੇ ਤੁਹਾਨੂੰ ਲੱਗਦਾ ਹੈ ਕਿ ਜੋ ਇਸ ਵੇਲੇ ਸਨੀ ਦਿਓਲ ਹੋਰਾਂ ਨੇ ਕਦਮ ਚੁੱਕਿਆ ਇਹਦੇ ਦੂਰਰਸੀ ਸਿੱਟੇ ਉਹਨਾਂ ਦੇ ਲਈ ਵੀ ਮਾੜੇ ਸਾਬਤ ਹੋ ਸਕਦੇ ਨਹੀਂ ਜੀ ਇਸ ਗੱਲ ਤੇ ਦੇਖੋ ਹੁਣ ਸਿੱਟੇ ਮਾੜੇ ਚੰਗੇ ਬਾਰੇ ਮੈਨੂੰ ਨਹੀਂ ਪਤਾ ਜੀ ਕਿਉਂਕਿ ਉਹ ਆਪਦੀ ਸਮਝ ਦੇ ਹਿਸਾਬ ਨਾਲ ਜੋ
उन्होंने समझ आई उस हिसाब नाल विचर रहे आ, मैं आपकी समझ नाल विचर रहा है ना। बहुत लोग मैनू कहिंदे आ तेरे सिट्टे बड़े माड़े होणगे, क्योंकि मेरे तां तुसीं देखो जिथे बैठा अज मेरी, मैं अज तक 10 साल आपदे जिंदगी दे बॉम्बे लाए आ, सो इहदा मतलब मेरी यारी दोस्ती मित्रता एक सर्कल सारा उत्थे सी, उह सारा टुट गया है ना। कल्ले इत्थे ही नहीं, होर भी फिल्म इंडस्ट्री च जदों लोकां तक गल पहुंची उहनां नूं ऐ लगदा असीं बागी होए फिरदे आ है ना, उन्होंने ऐ लगता भी असी कोई रैडिकल गल्लां करी जाने। तो मेरे नालों तो उन्होंने एक दूरी बना ली भी ये तो किसी होर पासे नूं तुर पिया है ना। सो इसे करके मैं कहना एक महानगर च बैठे बंदे दी समझ ते एक पंजाब च वट ते बैठे बंदे दी समझ च बहुत वड्डा फर्क। वैसे भी एक ना भाई जी ये हैरान करन वाली गल है भी पता नहीं क्यों कुर्सी जां पार्टी जिहड़ी आ ओह वड्डी लगण लग पैंदी ते सूबे ते देश दे है ते छोटे लगण लग जांदे आ। ਇਹ ਮੈਂ ਕਦੇ ਕਦੇ ਅਕਸ਼ੇ ਕੁਮਾਰ ਨਾਲ ਵੀ ਗੱਲ ਜੋੜ ਕੇ ਦੇਖਦਾ, ਉਹ ਅੰਬਾਂ ਬਾਰੇ ਤਾਂ ਪੁੱਛਦੇ ਆ ਵੀ ਭਾਈ ਤੁਹਾਨੂੰ ਅੰਬ ਕਿਵੇਂ ਲੱਗਦੇ ਆ, ਤੁਹਾਨੂੰ ਚੁਟਕਲੇ ਚੰਗੇ ਲੱਗਦੇ ਕਿ ਨਹੀਂ, ਪਰ ਜਦੋਂ ਦੇਸ਼ ਦੀ ਸੂਬੇ ਦੀ ਗੱਲ ਆਉਂਦੀ ਆ ਉਦੋਂ ਚੁੱਪ। ਇਹ ਬਹੁਤ ਸਾਰੇ ਕਲਾਕਾਰ ਆ ਜਿਹੜੇ ਭੇਤ ਭਰੀਆਂ ਗੱਲਾਂ ਜੀਆਂ ਕਰ ਜਾਂਦੇ ਆ, ਅਸੀਂ ਚਾਹੁੰਦੇ ਹਾਂ ਵੀ ਸਾਰੇ ਨਿੱਠ ਕੇ ਮਨੁੱਖ ਦੇ ਨਾਤੇ ਦੇਸ਼ ਦੀ ਆਬੋ ਹਵਾ ਦੇ ਵਿੱਚ ਸਾਹ ਲੈਣ ਵਾਲੇ ਵਿਅਕਤੀ ਦੇ ਨਾਤੇ ਗੱਲਾਂ ਬਾਤਾਂ ਕਰਨ। ਰਵਨੀਤ ਸਿੰਘ ਬਿੱਟੂ ਨੇ ਲੁਧਿਆਣੇ ਦੇ ਸੰਸਦ ਮੈਂਬਰ, ਹਾਂਜੀ, ਉਹਨਾਂ ਨੇ ਪਿਛਲੇ ਦਿਨ ਤੁਹਾਡੇ ਉੱਤੇ ਦੋਸ਼ ਲਾਇਆ। ਹਾਂਜੀ, ਉਹ ਕਹਿੰਦੇ ਵੀ ਸ਼ੰਭੂ ਵਾਲੇ ਮੋਰਚੇ ਦੇ ਵਿੱਚ ਤਾਂ ਖਾਲਿਸਤਾਨ ਦੇ ਨਾਰੇ ਲੱਗਦੇ ਆ। ਹਾਂਜੀ, ਆਰਐਸਐਸ ਇਹ ਗੱਲ ਪਹਿਲਾਂ ਹੀ ਕਹਿ ਚੁੱਕੀ ਹੈ, ਬੀਜੇਪੀ ਇਹ ਗੱਲ ਪਹਿਲਾਂ ਹੀ ਕਹਿੰਦੀ ਵੀ ਇਹ ਕਿਸਾਨ ਕਸੂਨ ਨਹੀਂ ਹੈਗੇ। ਹਾਂਜੀ, ਕਿੰਨਾ ਕੁ ਸਹਿਮਤ ਹੋ? ਦੇਖੋ ਗੱਲ ਐ ਆ ਬਾਈ, ਜਦੋਂ ਪਹਿਲੀ ਗੱਲ ਤਾਂ ਮੈਂ ਇਹ ਕਹਿੰਦਾ ਇਹ ਜਿਹੜੇ ਆਪਦੇ ਬੰਦੇ ਸਾਡੇ ਆ ਨਾ, ਪੰਜਾਬ ਦਾ ਕੋਈ ਵੀ ਬੰਦਾ ਆਗੂ, ਮੈਂ ਹਮੇਸ਼ਾ ਹੀ ਇਹ ਗੱਲ ਕਹਿੰਦਾ ਹੁੰਦਾ ਹੁਣ ਵੀ ਸਾਡੀ ਲੜਾਈ ਉਹਨਾਂ ਨਾਲ ਹੈ ਹੀ ਨਹੀਂ, ਉਹ ਜੋ ਕਹਿੰਦੇ ਆ ਸਿਰ ਮੱਥੇ ਉਹਦੇ ਤੇ ਕੋਈ ਗੱਲ ਆਪਾਂ ਉਹਨਾਂ ਨੂੰ ਮੋੜ ਕੇ ਜਵਾਬ ਹੀ ਨਹੀਂ ਦਿੰਦੇ ਵੀ ਕੋਈ ਨਹੀਂ ਜੀ, ਜੋ ਤੁਸੀਂ ਅੱਜ ਤੁਹਾਨੂੰ ਜਿਵੇਂ ਲੱਗਦਾ ਜਿਵੇਂ ਤੁਹਾਡੀ ਸਮਝ ਆ ਉਹ ਸਿਰ ਮੱਥੇ ਆ ਹੈ ਨਾ। ਸਾਡੀ ਲੜਾਈ ਆ ਦਿੱਲੀ ਨਾਲ, ਦਿੱਲੀ ਤੋਂ ਕੋਈ ਕਹਿ ਕੇ ਦਿਖਾਵੇ ਮੈਨੂੰ ਕੁਛ, ਦੇਖੋ ਫਿਰ ਕਿਵੇਂ ਮੈਂ ਉਹਦੇ ਕੱਪੜੇ ਲਾਉਣਾ, ਗੱਲ ਇੱਥੇ ਆਉਂਦੀ ਆ। ਹੁਣ ਅਗਲੀ ਗੱਲ, ਜਦੋਂ ਬੀਜੇਪੀ ਜਾਂ ਆਰਐਸਐਸ ਇਹ ਕਹਿ ਰਹੀ ਆ ਵੀ ਇਹ ਤਾਂ ਅਰਬਨ ਨੈਕਸਲਾਈਟ ਆ, ਇਹ ਇੱਕ ਨਾ ਤੁਹਾਡੀ ਦਿਸ਼ਾ ਬਦਲਣ ਦੇ ਯਤਨ ਹੁੰਦੇ ਆ, ਤੁਹਾਡਾ ਸੰਘਰਸ਼ ਕਮਜ਼ੋਰ ਕਿਵੇਂ ਕਰਦੇ ਆ, ਤੁਹਾਨੂੰ ਤੁਹਾਡੇ ਟੀਚੇ ਤੋਂ ਭਟਕਾ ਦਿੰਦੇ ਆ ਹਨਾ। ਅਗਲਾ ਦੇਖਿਓ ਕੀ ਕਹਿਣਗੇ, ਅਗਲੇ ਕਹਿਣਗੇ ਖਾਲਿਸਤਾਨੀ ਆ ਹਨਾ। ਹੁਣ ਖਾਲਿਸਤਾਨ ਦੀ ਜੇ ਆਪਾਂ ਗੱਲ ਕਰਦੇ ਹਾਂ ਉਹ ਇੱਕ ਪੀਪਲਸ ਐਸਪੀਰੇਸ਼ਨ ਆ, ਐਸਪੀਰੇਸ਼ਨ ਸਮਝਦੇ ਹੋ, ਭਾਵਨਾ ਇੱਕ। ਜਦੋਂ ਪੰਜਾਬ ਨੂੰ ਜਦੋਂ ਇਹ ਕਹਿ ਰਹੇ ਆ ਅੱਜ ਹਿੰਦੂ ਰਾਸ਼ਟਰ ਦੀ ਗੱਲ, ਉਦੋਂ ਇਹਨਾਂ 'ਤੇ ਕਿਉਂ ਨਹੀਂ ਕੋਈ ਸਵਾਲ ਕਰਦਾ, ਹਿੰਦੂ ਅਸੀਂ ਕਿੱਥੇ ਜਾਈਏ ਜੇ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ ਤਾਂ। ਜਦੋਂ ਪੰਜਾਬ ਨੂੰ ਲੱਗਦਾ ਸਾਡੇ ਨਾਲ ਵਿਤਕਰਾ ਹੋ ਰਿਹਾ, ਸੱਭਿਆਚਾਰਕ ਆਰਥਿਕ ਸਾਡੇ ਨਾਲ, ਵਿਚਾਰਧਾਰਕ ਸਾਡੇ ਨਾਲ ਹਰ ਤਰ੍ਹਾਂ ਦਾ ਵਿਤਕਰਾ ਹੋ ਰਿਹਾ, ਅਤੇ ਪੰਜਾਬ ਇੱਕ ਯੂਨੀਅਨ 'ਚ, ਇੱਕ ਯੂਨੀਅਨ ਆਫ ਇੰਡੀਆ ਦਾ ਹਿੱਸਾ, ਅਤੇ ਪੰਜਾਬ ਨੂੰ ਜਾਂ ਪੰਜਾਬੀਆਂ ਨੂੰ ਇਹ ਲੱਗਦਾ ਵੀ ਅਸੀਂ ਫਸਟ ਗ੍ਰੇਟ ਸਿਟੀਜ਼ਨ ਹੀ ਨਹੀਂ ਆ, ਸਾਨੂੰ ਤਾਂ ਸੈਕਿੰਡ ਗ੍ਰੇਟ ਜਾਂ ਥਰਡ ਗ੍ਰੇਟ ਸਿਟੀਜ਼ਨ ਦੀ ਤਰ੍ਹਾਂ ਸਾਡੇ ਨਾਲ ਬਿਹੇਵ ਕਰਦੇ ਆ। ਸੋ ਪੰਜਾਬ ਕਹਿੰਦਾ ਫਿਰ ਸਾਨੂੰ ਅੱਡ ਕਰ ਦਿਓ। ਸੋ ਇੱਕ ਮਿੰਟ, ਜਦੋਂ ਕਿਉਂ, ਕਿਉਂਕਿ ਤੁਸੀਂ ਇੱਕ ਯੂਨੀਅਨ 'ਚ ਕਦੋਂ ਰਹਿੰਦੇ ਹੋ, ਜਦੋਂ ਯੂਨੀਅਨ ਤੁਹਾਨੂੰ ਸਿਕਿਉਰਿਟੀ ਦੇਵੇ, ਪੀਸ ਦੇਵੇ, ਅਤੇ ਯੂਨੀਅਨ ਇਹ ਤੁਹਾਨੂੰ ਵਿਸ਼ਵਾਸ ਦਵਾਵੇ ਵੀ ਤੁਹਾਡੇ ਮਲਟੀਕਲਚਰਲਿਜ਼ਮ ਨੂੰ, ਤੁਹਾਡੀ ਕੌਮੀਅਤ ਨੂੰ, ਵੰਨ ਸਵੰਨਤਾ ਨੂੰ ਅਸੀਂ ਪ੍ਰੋਟੈਕਟ ਕਰਕੇ ਰੱਖਾਂਗੇ ਜਦੋਂ, ਔਰ ਅਸੀਂ ਯੂਨੀਅਨ ਨੂੰ ਕੀ ਦੇਣਾ ਹੁੰਦਾ, ਅਸੀਂ ਵਫਾਦਾਰੀ ਦੇਣੀ ਹੁੰਦੀ ਹੈ। ਜਦੋਂ ਉਹਨਾਂ ਨੇ ਉਹ ਪੀਸ ਸਿਕਿਉਰਿਟੀ ਸਾਡੀ ਵੰਨ ਸਵੰਨਤਾ 'ਤੇ ਹਮਲੇ ਕਰਨ ਲੱਗ ਗਏ, ਸਾਡੀ ਕੌਮੀਅਤ 'ਤੇ ਹਮਲੇ ਕਰਨ ਲੱਗ ਗਏ, ਫਿਰ ਸਾਡੀ ਵਫ਼ਾਦਾਰੀ ਕਿੱਥੇ ਰਹਿ ਗਈ ਯੂਨੀਅਨ ਨਾਲ? ਦੇਖੋ ਇਹ ਤਾਂ ਗਿਵ ਐਂਡ ਟੇਕ ਆ ਨਾ। ਹੁਣ ਅਸੀਂ ਉੱਥੇ ਅਕਾਲਿਸਤਾਨ ਮੰਗੀਏ, ਖਾਲਿਸਤਾਨ ਮੰਗੀਏ, ਆਜ਼ਾਦ ਪੰਜਾਬ ਮੰਗੀਏ, ਜੇ ਤੁਸੀਂ ਸਾਨੂੰ ਰੱਖੋਗੇ ਹੀ ਨਹੀਂ, ਤੁਸੀਂ ਦੱਸੋ ਇਕੱਲਾ ਇਕੱਲਾ ਪੰਜਾਬ ਮੰਗ ਰਿਹਾ, ਇਹ ਤਾਂ ਕਸ਼ਮੀਰ 'ਤੇ ਕਿੰਨਾ ਜ਼ੁਲਮ ਕਰੀ ਜਾਂਦੇ ਆ। ਹੁਣ ਆਪਾਂ ਕਹਿੰਦੇ ਆਪਾਂ ਖੁੱਲ੍ਹ ਕੇ ਨਹੀਂ ਬੋਲਦੇ, ਬੋਲੀ ਇੰਨਾ ਖੁੱਲ੍ਹ ਕੇ, ਕਸ਼ਮੀਰ 'ਤੇ ਜ਼ੁਲਮ ਕਰੀ ਜਾਂਦੇ ਆ, ਅਗਲੇ ਕਹਿੰਦੇ ਆ ਸਾਨੂੰ ਵੱਖ ਕਰ ਦਿਓ। ਹੁਣ ਆਈ ਨਾਗਾਲੈਂਡ ਨਾਗਾਸ 'ਤੇ ਕਰੀ ਜਾਂਦੇ ਆ, ਆਈ ਅੱਜ ਦੇਖਿਓ ਤੁਸੀਂ ਸਾਊਥ ਵਾਲੀਆਂ 7 ਸਟੇਟਸ ਪਹਿਲਾਂ ਹੀ ਕਹਿ ਰਹੀਆਂ ਵੀ ਤੁਸੀਂ ਸਾਡੇ 'ਤੇ ਇੱਕ ਦੇਸ਼ ਇੱਕ ਭਾਸ਼ਾ ਹਿੰਦੀ ਇੰਪੋਜ਼ ਕਰਦੇ ਹੋ, ਸਾਡੀ ਆਪਦੀਆਂ ਭਾਸ਼ਾ ਯਾਰ, ਹਿੰਦੀ ਵੀ ਉਵੇਂ ਇੱਕ ਖੇਤਰੀ ਭਾਸ਼ਾ ਜਿਵੇਂ ਤਾਮਿਲ ਆ ਸਾਡੀ, ਜਿਵੇਂ ਬੰਗਲਾ ਸਾਡੀ, ਜਿਵੇਂ ਪੰਜਾਬੀ ਆ ਆਪਣੀ। ਸੋ ਹਿੰਦੀ ਵੀ ਇੱਕ ਖਿੱਤੇ 'ਚ ਹੀ ਬੋਲੀ ਜਾਂਦੀ ਹੈ ਨਾ, ਇੱਕ ਸੈਂਟਰਲ ਇੰਡੀਆ ਦੇ ਖਿੱਤੇ 'ਚ। ਸੋ ਗੱਲ ਇਹ ਆ ਵੀਰ ਜੀ, ਮੁੱਦਾ ਇਹ ਆ ਕਿ ਦੇਖੋ ਜਦੋਂ ਆਪਾਂ ਇਕੱਠੇ ਹੋਵਾਂਗੇ ਫਿਰ ਆਪਾਂ ਕਿਸੇ ਦੇ ਨਾਲ ਨਹੀਂ, ਹੁਣ ਫਿਰ ਇੱਥੇ ਆ ਗਏ ਹਨਾ। ਪਰ ਰਵਨੀਤ ਬਿੱਟੂ ਹੋਰੀ ਤੁਹਾਡੇ ਖਿਲਾਫ ਬੋਲੀ ਜਾਂਦੇ ਨੇ ਜਾਂ ਹੋਰ ਕੋਈ ਉਹਨਾਂ ਖਿਲਾਫ ਬੋਲੀ ਜਾਂਦਾ, ਜੇ ਸਾਡੇ ਘਰ ਦੀ ਲੜਾਈ ਹੀ ਨਹੀਂ ਸੁਲਝੂਗੀ ਤਾਂ ਅਸੀਂ ਦਿੱਲੀ ਨਾਲ ਮੱਥਾ ਕਿਵੇਂ ਲਾਵਾਂਗੇ? ਤੁਸੀਂ ਹੁਣ ਮੇਰੀ ਗੱਲ ਦੱਸੋ ਜੀ, ਅੱਜ ਤੱਕ ਮੈਨੂੰ ਕਿਸੇ ਦੇ ਖਿਲਾਫ ਬੋਲਦੇ ਸੁਣਿਆ? ਅੱਜ ਤੱਕ ਮੇਰੇ ਖਿਲਾਫ ਬਹੁਤ ਬੋਲ ਗਏ ਕਲਾਕਾਰ ਵੀ ਬੋਲ ਗਏ, ਪੋਲੀਟੀਸ਼ੀਅਨਸ ਵੀ ਬੋਲ ਗਏ, ਪਰ ਮੈਂ ਨਹੀਂ ਅੱਜ ਤੱਕ ਕਿਸੇ ਦੇ ਖਿਲਾਫ ਬੋਲਦਾ ਹੈ ਨਾ। ਸਾਡਾ ਹੁਣ ਗੱਲ ਐਂ ਆ, ਜਦੋਂ
ਤੁਸੀਂ ਇੱਕ ਲੜਾਈ ਲੜਨੀ ਆ ਨਾ, ਇਹ ਗੱਲ ਤੁਹਾਡੀ ਜਮਾਂ ਸਹੀ ਆ, ਇਕੱਠੇ ਹੋ ਕੇ ਲੜੀ ਜਾਣੀ ਚਾਹੀਦੀ ਆ, ਹਨਾ। ਇੱਕ ਸਿਧਾਂਤ ਤੇ ਇਕੱਠੇ ਹੋਈਦਾ ਹੁੰਦਾ, ਹੁਣ ਇੱਕ ਫਲਸਫੇ ਤੇ ਇਕੱਠੇ ਹੋਈਦਾ ਹੁੰਦਾ। ਫਲਸਫਾ ਗੁਰੂ ਨਾਨਕ ਸਾਹਿਬ ਦਾ, ਹਨਾ, ਜਦੋਂ ਉਹਨਾਂ ਨੇ ਜਿਵੇਂ ਜਿਹਨਾਂ ਚੀਜ਼ਾਂ ਦਾ ਪ੍ਰਚਲਿਤ ਧਾਰਾਵਾਂ ਦਾ ਖੰਡਨ ਕੀਤਾ ਸੀ, ਅਸੀਂ ਉਸ ਗੁਰੂ ਨਾਨਕ ਸਾਹਿਬ ਦੇ ਇਨਕਲਾਬ ਤੋਂ, ਗੁਰੂ ਨਾਨਕ ਸਾਹਿਬ ਦੇ ਫਲਸਫੇ ਤੋਂ ਸੇਧ ਲੈਣੀ ਆ, ਹਨਾ। ਜਦੋਂ ਹੁਣ ਉਸੇ ਦਸੇ ਜਾਮਿਆਂ 'ਚ ਆ ਕੇ ਉਹਨਾਂ ਨੇ ਇੱਕ ਗੱਲ ਕੀਤੀ ਵੀ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਣਵੋ, ਠੀਕ ਹੈ। ਆਪਾਂ ਦਰਜਾ ਬਦਰਜੀ ਊਚ ਨੀਚ ਕਿਸੇ ਪਾਸੇ ਜਾ ਹੀ ਨਹੀਂ ਰਹੇ, ਅਸੀਂ ਤਾਂ ਇਹ ਕਹਿ ਰਹੇ ਹਾਂ ਸਾਡੀ ਕੌਮੀਅਤ, ਪੰਜਾਬ ਦਾ ਅੱਜ ਮਸਲਾ, ਪੰਜਾਬ ਦਾ ਜੇ ਮਸਲਾ ਤਾਂ ਪੰਜਾਬ ਦੀ ਲੜਾਈ ਜੇ ਜਿੱਤਣੀ ਆ ਤਾਂ ਪੰਜਾਬ 'ਚ ਜਿਹੜੇ ਮਰਜ਼ੀ ਵਰਗ ਬੈਠੇ ਹੋਣ, ਜੱਟ, ਝਿਉਰ, ਛਿੰਬੇ, ਨਾਈ, ਸੈਣੀ, ਦਲਿਤ, ਹਿੰਦੂ, ਮੁਸਲਿਮ, ਸਾਡੇ ਸਾਰੇ ਅਣਖੀ ਆ, ਸਾਰਿਆਂ ਨੂੰ ਇਕੱਠੇ ਹੋ ਕੇ ਲੜਨੀ ਚਾਹੀਦੀ ਆ, ਇਹ ਮੈਂ ਮੰਨਦਾ। ਇਸੇ ਕਰਕੇ ਤੁਸੀਂ ਦੇਖੋਗੇ ਮੈਂ ਸਿਧਾਂਤਕ ਤੌਰ ਤੇ ਕਿਸੇ ਦੀ ਗੱਲ ਪਰਸਨੈਲਿਟੀ ਵਾਈਜ਼ ਜਾਂ ਨਾਂ ਲੈ ਕੇ ਨਹੀਂ ਕਰਦਾ ਹੁੰਦਾ, ਮੈਂ ਹਮੇਸ਼ਾ ਸਿਧਾਂਤਾਂ ਦੀ ਗੱਲ ਕਰਦਾ। ਵੀ ਜੇ ਅੱਜ ਅਸੀਂ MSP ਦੀ ਲੜਾਈ ਲੜ ਰਹੇ ਹਾਂ ਤਾਂ ਲੜਾਈ MSP ਦੀ ਨਹੀਂ ਆ, ਸਾਡੀ ਲੜਾਈ MSP ਦੇ ਨਾਲ ਨਾਲ ਸਾਡੀ ਸੱਭਿਆਚਾਰਕ, ਸਾਡੀ ਹੋਂਦ ਦੀ ਲੜਾਈ ਆ, ਸਾਡੀ ਕੌਮੀਅਤ ਦੀ ਲੜਾਈ। ਬਾਈ ਜੀ, ਸ਼ੰਭੂ ਮੋਰਚੇ ਦੇ ਉੱਤੇ ਬੈਠਿਆ ਬਹੁਤ ਚਿਰ ਹੋ ਗਿਆ, ਹਾਂਜੀ, ਕਦੇ ਮਨ ਦੇ ਵਿੱਚ ਇਹ ਖਿਆਲ ਨਹੀਂ ਉੱਠਿਆ ਵੀ ਜਾ ਕੇ ਮੋਦੀ ਦੇ ਬੰਗਲੇ ਮੂਹਰੇ ਬੈਠ ਗਏ, ਹੁਣ ਜਾ ਕੇ ਆਪਾਂ ਪਾਰਲੀਮੈਂਟ ਦਾ ਘਰਾਓ ਕਰਨ ਵੱਲ ਵਧੀਏ? ਹਾਂਜੀ, ਕਦੇ ਇੱਦਾਂ ਦਾ ਖਿਆਲ ਆਇਆ ਕਿ ਨਹੀਂ ਹਾਲੇ? ਦੇਖੋ, ਇਹ ਸਾਡੀ ਤਾਸੀਰ ਆ, ਇਦੂ ਵੀ ਉਤਲੇ ਖਿਆਲ ਆਏ ਆ ਵੀ ਯਾਰ ਜੇ ਗੱਲ ਨਹੀਂ ਬਣਦੀ ਤਾਂ ਕੋਈ ਨਹੀਂ ਫਿਰ, ਹਨਾ। ਪਰ ਇੱਕ ਹੋਰ ਗੱਲ ਹੁੰਦੀ ਆ, ਤੁਹਾਨੂੰ ਸਮਾਂ ਵੀ ਦੇਖਣਾ ਪੈਂਦਾ। ਅੱਜ ਲੋਕਾਂ ਨੂੰ ਜੇ ਤੁਸੀਂ ਪਹਿਲਾਂ ਲਾਮਬੰਦ ਕਰਨਾ ਵੱਧ ਤੋਂ ਵੱਧ, ਅਤੇ ਜਦੋਂ ਵੱਧ ਤੋਂ ਵੱਧ ਲਾਮਬੰਦ ਕਰਨਾ, ਉਹਨਾਂ ਦੀ ਘੱਟ ਤੋਂ ਘੱਟ ਐਨਰਜੀ ਲੱਗੇ, ਘੱਟ ਤੋਂ ਘੱਟ ਲੋਕਾਂ ਦੀ ਐਨਰਜੀ ਵੇਸਟ ਹੋਵੇ, ਹਨਾ। ਲੋਕਾਂ ਨੂੰ ਇੱਕ ਪੀਸਫੁੱਲ ਜਿਹੜੀ ਰੈਜ਼ਿਸਟੈਂਸ ਹੋਣੀ ਚਾਹੀਦੀ ਆ, ਔਰ ਪੈਸਿਵ ਰੈਜ਼ਿਸਟੈਂਸ ਹੋਣੀ ਚਾਹੀਦੀ ਆ। ਐਕਟਿਵ ਰੈਜ਼ਿਸਟੈਂਸ ਦਾ ਹਜੇ ਟਾਈਮ ਨਹੀਂ ਆਇਆ, ਜਦੋਂ ਆਊਗਾ ਦੇਖਾਂਗੇ ਆਪਾਂ। ਹਜੇ ਤਾਂ ਜਿਵੇਂ ਆਪਾਂ ਬੈਠੇ ਹਾਂ, ਹੋ ਸਕਦਾ ਤੁਹਾਡੇ ਵਿਚਾਰ ਕੁਛ ਹੋਰ ਹੋਣ, ਮੇਰੇ ਕੁਛ ਹੋਰ ਹੋਣ, ਜਦੋਂ ਤੱਕ ਆਪਣਾ ਇੱਕਾ ਨਹੀਂ ਬਣਦਾ ਉਦੋਂ ਤੱਕ ਐਕਟਿਵ ਰੈਜ਼ਿਸਟੈਂਸ ਦਾ ਟਾਈਮ ਨਹੀਂ ਆ। ਹਜੇ ਤੱਕ ਤਾਂ ਆਪਾਂ ਅੰਦਰੂਨੀ ਲੜਾਈ ਇੱਕ ਹੋਣ ਦੀ ਉਹ ਲੜੀ ਜਾਂਦੇ ਹਾਂ। ਸੋ ਪਹਿਲਾਂ ਤਾਂ ਸਾਨੂੰ ਅੰਦਰੂਨੀ ਲੜਾਈ ਇੱਕ ਲੜ ਕੇ ਇੱਕ ਪਲੇਟਫਾਰਮ 'ਤੇ ਆਉਣਾ ਬਹੁਤ ਜ਼ਰੂਰੀ ਹੈ। ਜਿਵੇਂ ਮੈਂ ਕਿਹਾ, ਏਕੇ ਤੋਂ ਬਿਨਾਂ ਸਾਡੀ ਜਿੱਤ 1699 'ਚ ਪਈ ਆ, ਸਾਡੀ ਜਿੱਤ ਸਰਹੰਦ ਦੀ, ਜਦੋਂ ਸੂਬਾ ਸਰਹੰਦ ਦੇ ਖਿਲਾਫ਼ ਬਾਬਾ ਬੰਦਾ ਸਿੰਘ ਬਹਾਦਰ ਨੇ ਲੜਾਈ ਲੜੀ ਸੀ ਉਹਦੇ 'ਚ ਪਈ ਆ, ਕਿਉਂਕਿ ਗੁਰੂ ਸਾਹਿਬ ਨੇ ਸਭ ਨੂੰ ਇੱਕ ਕਰਤਾ ਸੀ, ਇੱਕ ਪਲੇਟਫਾਰਮ ਦੇਤਾ ਸੀ। ਜਦੋਂ ਸਰਹੰਦ ਦੀ ਲੜਾਈ ਲੜੀ ਗਈ ਤਾਂ ਉਦੋਂ ਗੁਰੂ ਕੀ ਫੌਜ, ਮਤਲਬ ਉਹਦੇ 'ਚ ਚੋਰ, ਡਾਕੂ, ਸਾਧ ਸਭ ਇਕੱਠੇ ਲੜੇ, ਕਿਉਂ? ਸਰਹੰਦ ਨੂੰ ਜਿੱਤਣਾ, ਸੂਬੇ ਨੇ ਜੋ ਜ਼ੁਲਮ ਕੀਤਾ ਉਹਦੇ ਖਿਲਾਫ਼ ਲੜਨਾ, ਅੱਜ ਦਿੱਲੀ ਨੂੰ ਜਿੱਤਣਾ, ਦਿੱਲੀ ਦੇ ਖਿਲਾਫ਼ ਲੜਨਾ, ਸਾਨੂੰ ਇਕੱਠੇ ਤਾਂ ਹੋਣਾ ਪੈਣਾ। ਦੇਖੋ, ਇਹ ਗੱਲ ਤਾਂ ਪੱਕੀ ਆ। ਪਰ ਬਾਈ ਜੀ, ਇੱਕ ਸਵਾਲ ਹੋਰ ਵੀ ਆ, ਬਈ ਤੁਸੀਂ ਦੇਖੋ ਨਿੱਠ ਕੇ ਲੜਾਈ ਲੜਨ ਦੀ ਗੱਲ ਕਰਦੇ ਹੋ, ਇਹ ਵਧੀਆ ਗੱਲ ਹੈ, ਹਾਂਜੀ, ਲੜੀ ਜਾਓ ਤੇ ਇਹਦੇ ਨਤੀਜੇ ਸਾਰਥਕ ਨਿਕਲਣ, ਇਹ ਵੀ ਬਹੁਤ ਚੰਗੀ ਗੱਲ ਹੈ, ਬਿਲਕੁਲ ਜੀ। ਪਰ ਕੁਝ ਕੁ ਲੋਕਾਂ ਦਾ ਇਹ ਕਹਿਣਾ ਕਿ ਦੀਪ ਸਿੱਧੂ ਦੀ ਇੱਕ ਰਾਜਨੀਤਿਕ ਮਨਸ਼ਾ, ਹਾਂਜੀ, ਉਹ ਰਾਜਨੀਤੀ ਦੇ ਵਿੱਚ ਪੱਕੇ ਪੈਰੀ ਹੋਣ ਦਾ ਚਾਹਵਾਨ ਆ, ਹਾਂਜੀ, ਸ਼ਾਇਦ ਆਉਂਦੀਆਂ ਚੋਣਾਂ ਦੇ ਵਿੱਚ ਟਿਕਟ ਦਾ ਚਾਹਵਾਨ ਵੀ ਹੋਵੇ, ਸ਼ਾਇਦ ਕਿਸੇ ਦੇ ਇਸ਼ਾਰੇ ਦੇ ਉੱਤੇ ਵੀ ਇਹ ਲੜਾਈ ਲੜ ਰਿਹਾ ਹੋਵੇ, ਕੋਈ ਹੈ ਰਾਜਨੀਤਿਕ ਉਡਾਰੀ ਭਰਨ ਦੀ ਇੱਛਾ ਜਾਂ ਨਹੀਂ? ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ, ਪਹਿਲੀ ਗੱਲ ਇੱਥੇ ਮੈਂ ਇਹਦਾ ਜਵਾਬ ਸਿੱਧਾ ਕਰ ਦਿੰਦਾ ਵੀ ਮੈਂ ਇਲੈਕਸ਼ਨ ਨਹੀਂ ਲੜ ਰਿਹਾ, ਠੀਕ ਆ। ਹੁਣ ਜੇ ਮੈਂ ਇਲੈਕਸ਼ਨ ਲੜਨੀ ਹੁੰਦੀ ਤਾਂ ਮੇਰੇ ਕੋਲ ਤਾਂ ਬਹੁਤ ਵੱਡਾ ਪਲੈਟਫਾਰਮ ਸੀ, ਨੈਸ਼ਨਲ ਲੈਵਲ ਦਾ ਪਲੈਟਫਾਰਮ ਸੀ, ਜਿਹੜੇ ਹੋ ਸਕਦਾ ਮੈਨੂੰ MLA ਤੋਂ ਗਾਂ MP ਦੀ ਇਲੈਕਸ਼ਨ ਵੀ ਲੜਾ ਜਾਂਦੇ, ਕਿਉਂਕਿ ਬੰਦੇ ਨੂੰ ਬੋਲਣਾ ਆਉਂਦਾ ਹੋਵੇ, ਬੰਦੇ ਦੀ ਮਕਬੂਲੀਅਤ ਹੋਵੇ ਲੋਕਾਂ 'ਚ, ਜਾਣ ਪਛਾਣ ਹੋਵੇ, ਹਨਾ। ਅਤੇ ਇਹ ਦੋ ਚਾਰ ਗੱਲਾਂ ਹੀ ਹੁੰਦੀਆਂ ਪੋਲੀਟੀਕਲੀ, ਤੁਸੀਂ ਥੋੜ੍ਹੇ ਜਿਹੇ ਅਵੇਅਰ ਹੋ, ਥੋੜ੍ਹਾ ਜਿਹਾ ਇੰਟਲੈਕਟ ਹੋਵੇ ਤੁਹਾਡੇ 'ਚ, ਅਤੇ ਤੁਹਾਡਾ ਬੈਕਗਰਾਊਂਡ ਕੀ ਆ ਉਹ ਵੀ ਆਪਣਾ, ਕੋਈ ਇਹ ਨਹੀਂ ਵੀ ਆਪਾਂ ਕੋਈ ਚੋਰ ਡਾਕੂ ਸਾਧ ਰਹੇ ਹਾਂ, ਇੱਕ ਆਮ ਇਨਸਾਨ ਦੀ ਤਰ੍ਹਾਂ ਵਿਚਰੇ ਹਾਂ, ਉਹਦੇ 'ਚ ਕੋਈ ਠੱਗੀ ਠੋਰੀ ਵੀ ਨਹੀਂ ਆ। ਸੋ ਇਹਦਾ ਮਤਲਬ ਉਹ ਢੁੱਕਵੇਂ ਜਿਹੜੇ ਚੀਜ਼ਾਂ ਹੁੰਦੀਆਂ ਵੀ ਜਿਹੜੀਆਂ ਰਾਜਨੀਤੀ ਵਾਸਤੇ ਜ਼ਰੂਰੀ ਆ, ਉਹ ਮੇਰੇ ਕੋਲ ਸੀਗੀਆਂ। ਮੈਂ ਸੜਕ 'ਤੇ ਮੋਰਚਾ, ਪੱਕਾ ਮੋਰਚਾ ਲਾ ਕੇ ਕਿਉਂ ਬੈਠਣਾ ਸੀ? ਔਰ ਜ਼ਿੰਦਗੀ ਕਿਹੜੀ ਜਿਉਂ ਰਿਹਾ ਮੈਂ, ਇਹ ਵੀ ਦੇਖੋ, ਕਿਹੜੀ ਜ਼ਿੰਦਗੀ ਛੱਡ ਕੇ ਆਇਆ, ਅੱਜ ਕਿਹੜੀ ਜ਼ਿੰਦਗੀ ਜਿਉਂ, ਹੁਣ ਨਹੀਂ ਲੜੋਗੇ, ਹਨਾ। ਸੋ ਚੋਣਾਂ ਨਹੀਂ ਲੜਨ ਮੈਂ ਆਇਆ, ਰਾਜਨੀਤੀ ਇੱਕ ਪਲੈਟਫਾਰਮ ਜੇ ਮੈਂ ਆਪਦਾ ਚਾਹੁੰਦਾ ਤਾਂ ਰਾਜਨੀਤੀ ਪਲੈਟਫਾਰਮ ਤਾਂ ਮੈਨੂੰ ਸਾਡਾ, ਚਾਹੇ ਇੱਥੋਂ ਦੀ ਖੇਤਰੀ ਸਾਡੀ ਅਕਾਲੀ ਦਲ ਹੋਵੇ, ਚਾਹੇ ਕਾਂਗਰਸ ਜਾਂ BJP, ਮੈਂ ਕਿਤੋਂ ਵੀ ਆਪਦੇ ਆਪ ਨੂੰ ਖੜਾ ਕਰ ਸਕਦਾ ਸੀ, ਔਰ ਪੈਰਾਸ਼ੂਟ ਰਾਹੀਂ ਆਉਂਦਾ, ਲੜ ਕੇ ਚੋਣਾਂ ਜਿੱਤ ਕੇ ਵੀ ਜਾਂਦਾ, ਹਨਾ। ਐਡਾ ਕੁ ਮਾਣ ਮੈਨੂੰ ਆਪਦੇ ਬਠਿੰਡੇ ਵਾਲੇ ਪਾਸੇ, ਸਾਨੂੰ ਮੁਕਤਸਰ ਵਾਲੇ ਪਾਸੇ ਜਾਂ ਮਾਨਸਾ ਵਾਲੇ ਪਾਸੇ ਹੈਗਾ, ਮੈਂ ਤੁਹਾਨੂੰ ਇਹ ਗੱਲ ਦੱਸ, ਇੱਕ ਮਾਣ ਹੁੰਦਾ ਨਾ ਬੰਦੇ ਨੂੰ, ਵੈਸੇ ਤਾਂ ਸਾਰੇ ਪੰਜਾਬ 'ਤੇ ਹੀ ਆ। ਪਰ ਗੱਲ ਅੱਜ ਦੀਪ ਸਿੱਧੂ ਦੀ ਰਾਜਨੀਤਿਕ ਪਲੈਟਫਾਰਮ ਦੀ ਨਹੀਂ ਆ, ਮੈਂ ਚੋਣਾਂ ਲੜਨ ਨਹੀਂ ਆਇਆ,
और चोणां लड़ के भी मैं की कर लूंगा, मैं तो संघर्ष लड़ना है पंजाब खातर, पंजाब के लोगों खातर, साड़ी धरती खातर, माड़ी मोटी आपकी वफादारी निभाना है ते उन्नी क सेवा करना है जिन्नी गुरु साहब लै लैणगे। की तुहानू किसे पार्टी ने हुण तई संपर्क कीता है वी तुसी चुप हो जाओ असी तुहानू टिकट देने आ या साड़ी पार्टी च आके शामिल हो जाओ? नहीं जी, मैं किसे पार्टी च शामिल नहीं। फोन आया कि नहीं? संपर्क नहीं कीता, वो करनगे भी नहीं क्योंकि उन्होंने पता है जिहड़े राह ते तुर पिया और जिहड़ियां गल्लां मैं कहिंदा ना बीजेपी ना कांग्रेस ना आम आदमी पार्टी इह तिन्ने ही आ ना पंजाब च इस टाइम तां ते अकाली दल, जेड़ियां जेड़ियां पार्टियां दा संचालन दिल्ली तो होगा उन्हां दा कोई लेना देना दिल्ली नाला दीप सिद्धू उन्हां नाल कदे नहीं बैठूगा। की थानू कोई भी नेता, क्योंकि इस वेले बहुत ने ट्रैक्टर रैलियां भी कीतियां, कईयां ने कहा भी असीं तोड़ विछोड़ा भी कर लिया बीजेपी वाले नालों, कोई कोई दावे करी जांदा, कोई कोई दावे करी, कोई कहना मेरे मुंडे नूं ईडी दा जिहड़ा सम्मन आ ओह तां आउंदा क्योंकि असीं पंजाब दे विच खेतीबाड़ी दे कानूनां खिलाफ बिल पास कीते आ। की तुहानूं असल च इन्हां चों कोई भी पंजाब हितैषी या किसानी दे हितैषी लगदे ने? नहीं। की मानदे हो कोई लीडर ऐसा पंजाब दा हैगा जिहड़ा वाकई इन्हां लोकां बारे सोच के दिल्ली तां ही जाऊगा या दिल्ली वालियां नूं थोड़ा जिहा कह लो झंझोड़ेगा भी तुसीं की करी जांदे हो, थोड़ा जिहा कोई देखो? देखो तुसीं अज तक जिहड़ा पंजाब हितैषी जे कोई लीडर हुंदा साडे नाल धरनिआं मोर्चिआं च बैठे होणे सी, संघर्ष दी जिहड़ी इह पॉलिटिक्स आ उहनां ने करनी चाहीदी सी, आपदा पार्टी दे एजेंडे छड्ड के आपदे झंडे छड्ड के भी नहीं जी पंजाब ते संकट आया तुसीं लोको साडे लोक जिन्हां ने इन्ना सानू प्यार दिता सानू इंडिया हैसियत दिती आ असीं थोड़े नाल बैठे हाँ, कोई नहीं दिन रात बैठे हाँ, कोई आया पर मैनू किवें लगे अज तक कोई शख्सियत आई? सो इस करके इह तां वोटां दी राजनीति करदे आ निज दी राजनीति। आस की करदे हो जिहड़ियां इह किसान जथेबंदियां हांजी जां तुसीं इस वक्त राह दे उत्ते तुरे होए हो, इहदा सिट्टा की निकल सकदा तुहाडे ख्याल दे मुताबिक? जेकर असीं छेती सिट्टा मनदे होईए भी सानूं 2 महीने लगभग हो गए आ हांजी, ते किन्नी क देर तक कोई ना कोई सिट्टा सामने आ सकदा? देखो केंद्र सरकार हंकार भी आ उहनां च ते जिद भी आ, असीं जे कहीए भी बहुत छेती सानूं कोई सिट्टा मिल जूगा इहदी इह लड़ाई लंबी आ इह तां मन लईए आपां हुण, और लड़ाई आ गई आ खुद मुख्तियारी ते, खुद मुख्तियारी जे साडे कोले साडे फैसले लैण दे हक नहीं आ, जे किसानी दी गल करो तां साडियां फसलां दे भा तय करन दे हक साडे कोले नहीं आ, कदे खरीदण वाला बंदा भी वेचण वाले दी फसल तय करदा हुंदा रेट उहदे, खरीद दी सरकार आ, सरकार ही तय करदी आ, और सानू बिजली पानी रेह मशीनां लेबर भी सरकार ही दिंदी आ, ਉਹ ਵੀ ਰੇਟ ਉਹ ਤੈਅ ਕਰਦੇ ਆ, ਤੇ ਅਸੀਂ ਜੋ ਪੈਦਾ ਕਰਕੇ ਵੇਚਦੇ ਹਾਂ ਉਹ ਵੀ ਰੇਟ ਉਹ ਤੈਅ ਕਰਦੇ ਆ, ਫਿਰ ਲਾਹੇਬੰਦ ਕਿੱਥੋਂ ਹੋਊਗਾ? ਸੋ ਇਹਦਾ ਮਤਲਬ ਅਸੀਂ ਇਹ ਫਿਰ ਤਾਂ ਖੁਦਕੁਸ਼ੀਆਂ ਤੇ ਕਰਜ਼ੇ ਹੀ ਚੜ੍ਹਦੇ ਹਾਂ ਬਾਈ ਆਪਣੇ ਤੇ, ਔਰ ਗੱਲਾਂ ਜਦੋਂ ਆਪਾਂ ਖੁਦਕੁਸ਼ੀ ਦੀ ਕਰਦੇ ਹਾਂ ਇੱਕ ਲਫ਼ਜ਼ ਨਹੀਂ ਹੈ ਇਹ, ਇੱਕ ਪੂਰਾ ਲਾਈਫ ਸਟਾਈਲ ਆ ਇਹਦੇ ਪਿੱਛੇ, ਉਹ ਕਿੰਨੇ ਤਣਾਅ 'ਚੋਂ ਗੁਜ਼ਰਦੇ ਹੋਣਗੇ ਜਾਂ ਪੂਰਾ ਪਰਿਵਾਰ ਕਿੰਨੇ ਤਣਾਅ 'ਚ ਹੁੰਦਾ ਹੋਊਗਾ ਜਦੋਂ ਬੰਦਾ ਐਡਾ ਵੱਡਾ ਸਟੈਪ ਲੈ ਜਾਂਦਾ ਵੀ ਮੈਂ ਫਾਹਾ ਲਾ ਲੈਣਾ। ਬੰਦੀ ਦਾ ਦੌਰ ਆ ਜਿਹੜਾ ਹਾਂਜੀ ਇਹਨੇ ਬਹੁਤ ਕੁਝ ਬਦਲਤਾ ਬੜੇ ਲੋਕਾਂ ਨੂੰ ਵਿਹਲੇ ਕਰਤਾ ਹਾਂਜੀ, ਤੇ ਭਾਰਤ ਵਰਗੇ ਦੇਸ਼ ਦੇ ਵਿੱਚ ਹੋਰ ਵੀ ਇਹਦੇ ਨੁਕਸਾਨ ਸਾਹਮਣੇ ਆਉਣਗੇ ਤੇ ਆ ਵੀ ਰਹੇ ਆ ਹਾਂਜੀ। ਤੁਸੀਂ ਮੰਨਦੇ ਹੋ ਵੀ ਜਿਹੜਾ ਕਲਾਕਾਰ ਭਾਈਚਾਰਾ ਜਾਂ ਜਿਹੜਾ ਵੀ ਫਿਲਮੀ ਖੇਤਰ ਨਾਲ ਜੁੜਿਆ ਵਰਗ ਆ ਉਹ ਵੱਧ ਇਸ ਕਰਕੇ ਇਹਨਾਂ ਧਰਨਿਆਂ ਦੇ ਵਿੱਚ ਆਇਆ ਕਿਉਂਕਿ ਪ੍ਰੋਗਰਾਮ ਕੋਈ ਨਹੀਂ ਸੀ, ਫਿਲਮਾਂ ਦੀਆਂ ਸ਼ੂਟਿੰਗਾਂ ਬੰਦ ਸੀ ਹਾਂਜੀ, ਸਾਰੇ ਕੰਮ ਕਾਜ ਠੱਪ ਸੀ, ਇਸ ਕਰਕੇ ਸ਼ਾਇਦ ਆਇਆ ਹੋਵੇ? ਨਹੀਂ, ਜਿਹੜਾ ਕਲਾਕਾਰ ਆਇਆ ਗਾਇਕ ਆਇਆ ਸਮਾਜ ਸੇਵੀ ਆਇਆ ਉਹ ਦਿਲੋਂ ਆਇਆ, ਜੇ ਅੱਜ ਤੁਹਾਡੇ ਨਾਲ ਖੜਾ ਨਾ ਇੱਕ ਪਾਸੇ ਉਹ ਦਿਲੋਂ ਖੜਾ ਬਾਈ, ਇਹ ਗੱਲ ਤੁਸੀਂ ਮੰਨ ਲਓ। ਕੋਈ ਆਪਦੇ ਇਸ ਖਾਤਰ ਨਹੀਂ ਆਇਆ ਵੀ ਮੈਨੂੰ ਕੋਈ ਇਹਦਾ ਲਾਭ ਹੋ ਜੂਗਾ, ਬਹੁਤ ਹੋਰ ਤਰੀਕੇ ਆ। ਮੇਰੀ ਫਿਲਮ ਹੁਣ ਸ਼ੂਟਿੰਗ ਸਟਾਰਟ ਹੋਣੀ ਸੀ, ਆਪਾਂ ਅਨਾਊਂਸ ਕਰਨੀ ਸੀ, ਛੱਡੀ ਬੈਠੇ ਹਾਂ, ਹੋਰ ਬਹੁਤ ਬੰਦੇ ਆਈ ਬਹੁਤ ਕੁਛ ਛੱਡੀ ਬੈਠੇ ਹੋਣੇ ਆ, ਹੈ ਨਾ। ਸੋ ਸਾਨੂੰ ਟਰੱਸਟ ਕਰਨਾ ਪਊਗਾ ਆਪਦੇ ਬੰਦਿਆਂ 'ਤੇ, ਬਹੁਤ ਜ਼ਰੂਰੀ ਆ। ਐਵੇਂ ਲੱਤਾਂ ਖਿੱਚਣ ਨੂੰ ਤੌਮਤਾਂ ਲਾਉਣ ਨੂੰ ਜਿਵੇਂ ਮਰਜ਼ੀ ਲਾਈ ਜਾਈਏ, ਪਰ ਟਰੱਸਟ ਕਰੋ ਉਹਨਾਂ 'ਤੇ, ਉਹ ਐਡੇ ਹਿਸਾਬੀ ਕਿਤਾਬੀ ਨਹੀਂ ਆ। ਇਹ ਤਾਂ ਉਹੀ ਗੱਲ ਆ ਵੀ ਤੁਸੀਂ ਹੱਟ ਤੇ ਬੈਠੇ ਹੋ ਲਾਲਾ ਜੀ ਤੇ ਅਸੀਂ ਵੱਟ ਤੇ ਬੈਠੇ ਹਾਂ, ਅੱਜ ਆਪਾਂ ਵੱਟ ਤੇ ਹੀ ਬੈਠੇ ਹਾਂ, ਅਸਲ ਰੂਪ 'ਚ ਹੀ ਬੈਠੇ ਹਾਂ। ਪਰ ਜਦੋਂ ਜ਼ਿੰਦਗੀ ਦੁਬਾਰਾ ਲੀਹ ਦੇ ਉੱਪਰ ਆ ਗਈ, ਜਦੋਂ ਦੁਬਾਰਾ ਸ਼ੂਟਿੰਗਾਂ ਸ਼ੁਰੂ ਹੋ ਗਈਆਂ, ਪ੍ਰੋਗਰਾਮ ਲੱਗਣ ਲੱਗ ਗਏ, ਕੀ ਉਦੋਂ ਜੇ ਪੰਜਾਬ ਦੇ ਕਿਸਾਨ ਨੂੰ ਜਾਂ ਆਮ ਬੰਦੇ ਨੂੰ ਕਲਾਕਾਰ ਭਾਈਚਾਰੇ ਦੀ ਲੋੜ ਪਏਗੀ ਤਾਂ ਕੀ ਇਹ ਭਾਈਚਾਰਾ ਉਦੋਂ ਵੀ ਨਾਲ ਖੜੇਗਾ? ਬਿਲਕੁਲ, ਦੇਖੋ ਅੱਜ ਹੁਣ ਸ਼ੂਟਿੰਗਾਂ ਸ਼ੁਰੂ ਹੋ ਗਈਆਂ ਜੀ, ਹੁਣ ਗਾਣਿਆਂ ਦੀਆਂ ਵੀ ਫਿਲਮਾਂ ਦੀਆਂ ਵੀ ਸਭ ਕੁਝ ਹੋਈ ਜਾਂਦਾ, ਹਨਾ, ਥੀਏਟਰ ਵੀ ਖੁੱਲ ਗਏ, ਪਰ ਅਸੀਂ ਬੈਠੇ ਹਾਂ ਨਾ, ਜਿਹੜੇ ਜਿਹੜੇ ਅੱਜ ਬੈਠੇ ਆ ਉਹ ਨਾਲ ਆ। ਹੁਣ ਤੁਸੀਂ ਇਹ ਪਛਾਣ ਲਓ ਕਿਹੜੇ ਕਿਹੜੇ ਬੈਠੇ ਆ,
ਸੋ ਇਸ ਕਰਕੇ ਉਹਨਾਂ ਤੇ ਸਵਾਲ ਨਹੀਂ ਉਠਾਉਣੇ ਚਾਹੀਦੇ ਮੈਨੂੰ ਲੱਗਦਾ ਉਹਨਾਂ ਨੂੰ ਹੱਲਾਸ਼ੇਰੀ ਤੇ ਹੌਸਲਾ ਅਫਜ਼ਾਈ ਉਹਨਾਂ ਦੀ ਕਰਨੀ ਚਾਹੀਦੀ ਹੈ ਬਾਈ ਜੀ ਇਹ ਸਾਰੀ ਜਿਹੜੀ ਗੱਲਬਾਤ ਆ ਉਹਦੇ ਵਿੱਚੋਂ ਸਿੱਟਾ ਤਾਂ ਅਸੀਂ ਤਾਂ ਇਹ ਕੱਢਦੇ ਹਾਂ ਬਈ ਜਿਸ ਤਰੀਕੇ ਦੇ ਨਾਲ ਕੇਂਦਰ ਦਾ ਨਜ਼ਰੀਆ ਪੰਜਾਬ ਦੇ ਪ੍ਰਤੀ ਜਾਂ ਨਜ਼ਰਾਂ ਪੰਜਾਬ ਦੇ ਪ੍ਰਤੀ ਉਹ ਕੋਈ ਬਹੁਤੀਆਂ ਸੁਲੱਖਣੀਆਂ ਹੈ ਨਹੀਂ ਹਾਂਜੀ ਤੇ ਅਸੀਂ ਇਹ ਚਾਹੁੰਦੇ ਹਾਂ ਜੀ ਕਿ ਦੂਰੀਆਂ ਖਤਮ ਹੋਣ ਕਿਸਾਨ ਜਥੇਬੰਦੀਆਂ ਵਿਚਲੀਆਂ ਵੀ ਤੇ ਕਲਾਕਾਰ ਭਾਈਚਾਰੇ ਵਿਚਲੀਆਂ ਵੀ ਤੇ ਨਤੀਜਾ ਜਿਹੜਾ ਉਹ ਚੰਗਾ ਨਿਕਲੇ ਤੇ ਉਹ ਪੰਜਾਬ ਪੱਖੀ ਹੋਵੇ ਤੇ ਪੰਜਾਬ ਹੱਸਦਾ ਵਸਦਾ ਰਵੇ ਤੇ ਪੰਜਾਬ ਦੇ ਖੇਤਾਂ ਦੇ ਵਿੱਚ ਫਸਲਾਂ ਲਹਿਲਹਾਉਂਦੀਆਂ ਰਹਿਣ ਪੰਜਾਬ ਦੇ ਕਿਸਾਨ ਬਚੇ ਰਹਿਣ ਕਿਉਂਕਿ ਜੇਕਰ ਪੰਜਾਬ ਦੀ ਕਿਸਾਨੀ ਨਾ ਬਚੀ ਤਾਂ ਬਚਣਾ ਕਿਸੇ ਨੇ ਵੀ ਨਹੀਂ ਬਿਲਕੁਲ ਨਾ ਕਲਾਕਾਰਾਂ ਨੇ ਨਾ ਪੱਤਰਕਾਰਾਂ ਨੇ ਨਾ ਲੀਡਰਾਂ ਨੇ ਨਾ ਕਿਸੇ ਨੇ ਵੀ ਨਹੀਂ ਬਚਣਾ ਸੋ ਅਸੀਂ ਚਾਹੁੰਦੇ ਹਾਂ ਜੀ ਕਿ ਤੁਸੀਂ ਨੱਠ ਕੇ ਕੰਮ ਕਰਦੇ ਰਹੋ ਤੇ ਜਿਹੜੇ ਵੀ ਗਾਹੇ ਬਗਾਹੇ ਤੁਹਾਡੇ ਉੱਤੇ ਦੋਸ਼ ਲੱਗਦੇ ਤੇ ਉਹਨਾਂ ਤੋਂ ਮੁਕਤ ਹੋਣ ਦੀ ਕੋਸ਼ਿਸ਼ ਕਰੋ ਨਹੀਂ ਬਾਈ ਜੀ ਦੇਖੋ ਦੋਸ਼ ਆਏ ਹੁੰਦੇ ਆ ਇਹ ਗੱਲ ਹੀ ਕਹਿਣੀ ਹੁੰਦੀ ਆ ਤੇ ਹਿਊਮਨ ਸਾਈਕੀ ਆ ਦੇਖੋ ਸਾਈਕੋਲੋਜੀ ਨੂੰ ਮੈਂ ਪੜ੍ਹਿਆ ਹਨਾ ਹਿਊਮਨ ਸਾਈਕੀ ਹਮੇਸ਼ਾ ਹੀ ਨੈਗੇਟਿਵਿਟੀ ਨੂੰ ਪਹਿਲਾਂ ਚੱਕੂਗੀ ਔਰ ਮਾਈਂਡ ਪ੍ਰੈਜੁਡਿਸ ਹੋ ਜਾਂਦੇ ਆ ਇਹ ਤਾਂ ਸਮਾਂ ਹੀ ਦੱਸਦਾ ਹੁੰਦਾ ਔਰ ਸਮਾਂ ਬੜਾ ਬਲਵਾਨ ਆ ਸਮੇਂ ਨੇ ਸਭ ਦੱਸ ਦੇਣਾ ਵੀ ਮੈਂ ਸਹੀ ਹਾਂ ਉਹ ਦੋਸ਼ ਸਹੀ ਸੀ ਜਾਂ ਕਿੱਥੇ ਕੁ ਖੜੇ ਹਾਂ ਆਪਾਂ ਸੋ ਬਾਹਲੀਆਂ ਸਫਾਈਆਂ ਨਹੀਂ ਦਿੱਤੀਆਂ ਜਾ ਸਕਦੀਆਂ ਹੁੰਦੀਆਂ ਹਨਾ ਵਾਰੀ ਵਾਰੀ ਇਹੀ ਇੱਕੋ ਹੀ ਗੱਲ ਕਰੀ ਜਾਣੀ ਸੋ ਆਈ ਥਿੰਕ ਕੋਈ ਨਹੀਂ ਇੱਥੇ ਹੀ ਬੈਠੇ ਹਾਂ ਪੰਜਾਬ 'ਚ ਹੀ ਹਾਂ ਇੱਥੇ ਹੀ ਰਹਿ ਰਹੇ ਹਾਂ ਸਮਾਂ ਦੱਸ ਜੂਗਾ ਕਿੱਧਰ ਨੂੰ ਆਪਾਂ ਜਾਂਦੇ ਹਾਂ ਸੋ ਮੇਰੇ ਖਿਆਲ 'ਚ ਕੁਛ ਗੱਲਾਂ ਸਮੇਂ ਤੇ ਛੱਡ ਦੇਣੀਆਂ ਚਾਹੀਦੀਆਂ ਬਿਲਕੁਲ ਸਹੀ ਸੋ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਬਹੁਤ ਧੰਨਵਾਦ ਤੁਹਾਨੂੰ ਚਾਹੀਦਾ ਵਿਚਾਰ ਚਾ ਕੇ ਕਿਵੇਂ ਦਾ ਲੱਗਿਆ ਇਹ ਜ਼ਰੂਰ ਦੱਸੋ ਮੈਨੂੰ ਵਧੀਆ ਲੱਗਿਆ ਜੀ ਤੁਹਾਨੂੰ ਦੋਵਾਂ ਨੂੰ ਮਿਲ ਕੇ ਤੁਸੀਂ ਬੜੇ ਹਸਮੁੱਖ ਵੀ ਹੋ ਤੇ ਜ਼ਿੰਦਾ ਦਿਲ ਹੋ ਤੇ ਗੱਲਾਂ ਵੀ ਵਧੀਆ ਹੋਈਆਂ ਸੋ ਇੱਕ ਵਾਈਬਸ ਵੀ ਹੁੰਦੀਆਂ ਹਨਾ ਸੋ ਆਈ ਰੀਲੀ ਇੰਜੋਏ ਇਟ ਬਹੁਤ ਸ਼ੁਕਰੀਆ ਬਾਈ ਜੀ ਧੰਨਵਾਦ ਸਮਾਂ ਕੱਢਣ ਦੇ ਲਈ ਧੰਨਵਾਦ ਜੀ ਮਿਹਰਬਾਨੀ ਦੁਬਾਰਾ ਜਦੋਂ ਕਿਤੇ ਮੌਕਾ ਮਿਲਿਆ ਆਪਾਂ ਫਿਰ ਵਿਚਾਰਾਂ ਦੀ ਸਾਂਝ ਜ਼ਰੂਰ ਪਾਵਾਂਗੇ ਤੇ ਫਿਲਹਾਲ ਲਈ ਪ੍ਰੋਗਰਾਮ ਨੂੰ ਸਮੇਟਦੇ ਹਾਂ ਜੀ ਜਾਣਦਾ ਹੋ ਗਿਆ ਵੇਲਾ ਪਰ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਪਹੁੰਚਾਓ ਤਿੰਨਾਂ ਦੀ ਇਜਾਜ਼ਤ ਸਤਿ ਸ਼੍ਰੀ ਅਕਾਲ ਤੁਸੀਂ ਵੇਖਦੇ ਰਹੋ ਬ੍ਰਾਈਟ ਨਿਊਜ਼ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ